ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੇ ਵਿੱਚ ਵੱਡੀ ਵਾਰਦਾਤ। ਦੋ ਹਮਲਾਵਰਾਂ ਨੇ NRI ਨੂੰ ਘਰ ਦੇ ਵਿੱਚ ਵੜ ਕੇ ਮਾਰੀਆਂ ਗੋਲੀਆਂ। ਹਸਪਤਾਲ ਦੇ ਵਿੱਚ ਦਾਖਲ NRI ਦੀ ਹਾਲਤ ਦੱਸੀ ਜਾ ਰਹੀ ਹੈ ਖਤਰੇ ਤੋਂ ਬਾਹਰ। ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੇ ਵਿੱਚ NRI ਤੇ ਫਾਇਰਿੰਗ ਤੋਂ ਬਾਅਦ ਐਕਸ਼ਨ ਮੋਡ ਦੇ ਵਿੱਚ ਪੁਲਿਸ। DGP ਗੌਰਵ ਯਾਦਵ ਨੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੇ ਦਿੱਤੇ ਨਿਰਦੇਸ਼। ਥੋੜ੍ਹੀ ਦੇਰ ਦੇ ਵਿੱਚ ਅੰਮ੍ਰਿਤਸਰ ਪਹੁੰਚਣਗੇ ਸਪੈਸ਼ਲ DGP। NRI ਤੇ ਫਾਇਰਿੰਗ ਮਾਮਲੇ ਨੂੰ ਲੈ ਕੇ ਪੱਖੀ ਸਿਆਸਤ। ਸੁਖਬੀਰ ਸਿੰਘ ਬਾਦਲ ਨੇ ਕਾਨੂੰਨ ਵਿਵਸਥਾ ਤੇ ਚੁੱਕੇ ਸਵਾਲ। ਰਾਜਾ ਵੜਿੰਗ ਬੋਲੇ, ਸੂਬੇ ਦੇ ਵਿੱਚ ਹੁਣ ਦਹਿਸ਼ਤ ਵਿੱਚ ਨੇ NRI। ਤਾਂ ਮਨਜਿੰਦਰ ਸਿਰਸਾ ਨੇ ਕਿਹਾ, ਸਿਰਫ ਗੱਲਾਂ ਦੇ ਵਿੱਚ ਹੀ ਹੈ ਰੰਗਲਾ ਪੰਜਾਬ। NRI ਮਾਮਲਿਆਂ ਦੇ ਮੰਤਰੀ ਕੁਲਦੀਪ ਧਾਲੀਵਾਲ ਨੇ ਮੁਲਜ਼ਮਾਂ ਦੀ ਜਲਦ ਗ੍ਰਿਫਤਾਰੀ ਦੀ ਕਹੀ ਗੱਲ। ਬੋਲੇ, ਹਮਲਾਵਰਾਂ ਦੇ ਖਿਲਾਫ ਕਰਾਂਗੇ ਸਖ਼ਤ ਤੋਂ ਸਖ਼ਤ ਕਾਰਵਾਈ। ਫਿਲਹਾਲ ਹਮਲੇ ਦੇ ਅਸਲ ਕਾਰਨਾਂ ਦਾ ਨਹੀਂ ਲੱਗਿਆ ਪਤਾ। ਗੈਂਗਸਟਰ ਰੋਮੀ ਤੇ ਸ਼ਿਕੰਜਾ ਕੱਸਣ ਵਾਲੀ AGTF ਟੀਮ ਦਾ ਨਿਊਜ਼ 18 ਤੇ ਵੱਡਾ ਖੁਲਾਸਾ। ਨਾਭਾ ਜੇਲ੍ਹ ਬ੍ਰੇਕ ਕਾਂਡ ਦਾ ਐਪਿਕ ਸੈਂਟਰ ਸੀ ਹਾਂਗਕਾਂਗ। ਵਿਦੇਸ਼ ਦੇ ਵਿੱਚ ਬੈਠ ਕੇ ਰੋਮੀ ਨੇ ਘੜੀ ਸੀ ਪੂਰੀ ਪਲਾਨਿੰਗ। ਪਾਕਿਸਤਾਨ ਦੇ ਵਿੱਚ ਬੈਠੇ ਅੱਤਵਾਦੀਆਂ ਦੇ ਨਾਲ ਵੀ ਲਿੰਕ ਆਏ ਸਾਹਮਣੇ। ਲੁਧਿਆਣਾ 'ਚ ਐਕਟਿਵਾ ਸਵਾਰ ਮਹਿਲਾ ਨੂੰ ਸਨੈਚਰਾਂ ਨੇ ਬਣਾਇਆ ਨਿਸ਼ਾਨਾ। ਧੱਕਾ ਮਾਰ ਕੇ ਬੱਚੀ ਸਮੇਤ ਮਹਿਲਾ ਨੂੰ ਸੁੱਟਿਆ। ਰੌਲਾ ਪਾਉਣ ਤੇ ਖਾਲੀ ਹੱਥ ਭੱਜੇ ਵਾਪਸ। ਮੋਗਾ ਦੇ ਪਿੰਡ ਜਲਾਲਾਬਾਦ ਦੇ ਪੈਟਰੋਲ ਪੰਪ ਤੇ ਲੁੱਟ। ਦੋ ਬਦਮਾਸ਼ਾਂ ਨੇ ਕਰਿੰਦੇ ਤੋਂ ਖੋਹੀ ਨਕਦੀ, ਪੈਸੇ ਲੁੱਟ ਕੇ ਹੋਏ ਫਰਾਰ। ਅੰਮ੍ਰਿਤਸਰ ਦੇ ਵਿੱਚ SGPC ਦੇ ਦਫ਼ਤਰ ਦੇ ਵਿੱਚ ਕਤਲ ਕਰਨ ਵਾਲਾ ਮੁੱਖ ਮੁਲਜ਼ਮ ਸੁਖਬੀਰ ਸਿੰਘ ਗ੍ਰਿਫਤਾਰ। 3 ਅਗਸਤ ਨੂੰ ਸਾਥੀਆਂ ਦੇ ਨਾਲ ਮਿਲ ਕੇ ਦਰਬਾਰਾ ਸਿੰਘ ਦਾ ਕੀਤਾ ਸੀ ਕਤਲ। ਮਾਮਲੇ ਦੇ ਵਿੱਚ ਹੁਣ ਤੱਕ 4 ਮੁਲਜ਼ਮਾਂ ਦੀ ਹੋ ਚੁੱਕੀ ਹੈ ਗ੍ਰਿਫਤਾਰੀ। ਮਹਾਰਾਸ਼ਟਰ ਦੇ ਪੁਣੇ ਦੇ ਵਿੱਚ ਹਾਈਵੇ ਕਿਨਾਰੇ ਖੜ੍ਹੀ ਕਾਰ ਨੂੰ ਕੰਟੇਨਰ ਨੇ ਮਾਰੀ ਟੱਕਰ। ਇੱਕ ਸ਼ਖਸ ਦੀ ਮੌਤ, 2 ਦੀ ਹਾਲਤ ਗੰਭੀਰ। ਸ਼ਰਾਬ ਦੇ ਨਸ਼ੇ ਦੇ ਵਿੱਚ ਸੀ ਮੁਲਜ਼ਮ ਡਰਾਈਵਰ। ਸ਼ਿਖਰ ਧਵਨ ਨੇ ਕ੍ਰਿਕਟ ਤੋਂ ਲਿਆ ਸੰਨਿਆਸ। ਫੈਂਸ ਦੇ ਨਾਮ ਭਾਵੁਕ ਸੰਦੇਸ਼ ਜਾਰੀ ਕਰਕੇ ਬੋਲੇ, ਕ੍ਰਿਕਟ ਦੀ ਯਾਤਰਾ ਦਾ ਇਹ ਚੈਪਟਰ ਖਤਮ। ਅਣਗਿਣਤ ਯਾਦਾਂ ਲੈ ਕੇ ਜਾ ਰਿਹਾ ਹਾਂ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਨਿਊਜ਼ 18 ਪੰਜਾਬ। ਮੈਂ ਪਰਮਿੰਦਰ ਸਿੰਘ ਤੇਜਾ, ਸਾਰੇ ਦਰਸ਼ਕਾਂ ਦਾ ਬੁਲੇਟਿਨ ਦੇ ਵਿੱਚ ਸਵਾਗਤ ਹੈ। ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਅੰਮ੍ਰਿਤਸਰ ਦੇ ਵਿੱਚ ਵਾਪਰੀ ਵੱਡੀ ਵਾਰਦਾਤ ਦੀ। ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੇ ਵਿੱਚ ਫਾਇਰਿੰਗ ਤੋਂ ਬਾਅਦ ਹੁਣ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ। DGP ਪੰਜਾਬ ਨੇ ਮਾਮਲੇ ਦਾ ਸਖ਼ਤ ਨੋਟਿਸ ਲਿਆ। ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਮਾਮਲੇ ਦੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਗੱਲ ਕਹੀ ਗਈ ਹੈ। ਸ਼ਾਮ ਨੂੰ ਅੰਮ੍ਰਿਤਸਰ ਪਹੁੰਚਣਗੇ ਸਪੈਸ਼ਲ DGP ਰਾਜਿੰਦਰ ਟੋਕੇ। CCTV ਰਾਹੀਂ ਮੁਲਜ਼ਮਾਂ ਦੀ ਲਗਾਤਾਰ ਪੁਲਿਸ ਦੇ ਵੱਲੋਂ ਭਾਲ ਕੀਤੀ ਜਾ ਰਹੀ ਹੈ। ਦਰਅਸਲ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੀ ਹੈ ਪੂਰੀ ਵਾਰਦਾਤ ਹੈ। ਜਿਸ ਤਰੀਕੇ ਦੇ ਨਾਲ ਮੁਲਜ਼ਮ ਬਦਮਾਸ਼ ਜਿਹੜੇ ਕਿ ਘਰ ਦੇ ਵਿੱਚ ਦਾਖਲ ਹੁੰਦੇ ਨੇ, ਕਿਸ ਤਰੀਕੇ ਦੇ ਨਾਲ NRI ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ। ਫਿਲਹਾਲ NRI ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਤਾਂ ਇਸ ਦੇ ਵਿਚਾਲੇ ਹੁਣ ਪੁਲਿਸ ਐਕਸ਼ਨ ਦੇ ਵਿੱਚ ਨਜ਼ਰ ਆ ਰਹੀ ਹੈ। DGP ਪੰਜਾਬ ਦੇ ਵੱਲੋਂ ਇਸ ਪੂਰੇ ਮਾਮਲੇ ਦਾ ਨੋਟਿਸ ਲਿਆ ਗਿਆ। ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ। ਨਾਲੇ ਤੁਹਾਨੂੰ ਇਹ CCTV ਤਸਵੀਰਾਂ ਵਿਖਾ ਰਹੇ ਹਾਂ ਕਿ ਮੁਲਜ਼ਮ CCTV ਦੇ ਵਿੱਚ ਕੈਦ ਹੋਏ ਨੇ, ਜਿਨ੍ਹਾਂ ਦੇ ਵੱਲੋਂ NRI ਦੇ ਘਰ ਦੇ ਵਿੱਚ ਵੜ ਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਗੋਲੀਆਂ ਚਲਾਈਆਂ ਜਾਂਦੀਆਂ ਨੇ NRI 'ਤੇ, ਜਿਸ ਨੂੰ ਕਿ ਜ਼ਖਮੀ ਹਾਲ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਕਿ ਉਸਦਾ ਇਲਾਜ ਚੱਲ ਰਿਹਾ। ਅਤੇ ਇਸ ਤੋਂ ਬਾਅਦ 'ਚ ਹੁਣ ਪੁਲਿਸ ਐਕਸ਼ਨ ਦੇ ਵਿੱਚ DGP ਪੰਜਾਬ ਦੇ ਵੱਲੋਂ ਮਾਮਲੇ ਦਾ ਨੋਟਿਸ ਲਿਆ ਗਿਆ। ਗੋਲੀਆਂ ਚਲਾਉਣ ਵਾਲੇ ਮੁਲਜ਼ਮਾਂ ਨੂੰ ਜਲਦ ਕਾਬੂ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਅਤੇ ਮਾਮਲੇ ਦੇ ਵਿੱਚ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਗੱਲ ਕਹੀ ਗਈ ਹੈ। ਸਾਫ਼ ਕਿਹਾ ਗਿਆ ਹੈ ਕਿ ਮੁਲਜ਼ਮਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਸ਼ਾਮ ਨੂੰ ਅੰਮ੍ਰਿਤਸਰ ਪਹੁੰਚਣਗੇ ਸਪੈਸ਼ਲ DGP ਰਾਜਿੰਦਰ ਟੋਕੇ ਅਤੇ CCTV ਦੇ ਰਾਹੀਂ ਮੁਲਜ਼ਮਾਂ ਦੀ ਲਗਾਤਾਰ ਭਾਲ ਕੀਤੀ ਜਾ ਰਹੀ ਹੈ। ਉਹ CCTV ਤਸਵੀਰਾਂ ਵੀ ਅਸੀਂ ਤੁਹਾਨੂੰ ਵਿਖਾ ਰਹੇ ਹਾਂ।
ਘਰ ਦੇ ਵਿੱਚ ਲੱਗੇ CCTV ਦੇ ਵਿੱਚ ਮੁਲਜ਼ਮ ਜੋ ਕਿ ਕੈਦ ਹੋਏ ਨੇ ਕਿ ਕਿਵੇਂ ਘਰ ਦੇ ਵਿੱਚ ਦਾਖਲ ਹੁੰਦੇ ਨੇ, ਘਰ ਦੇ ਵਿੱਚ ਵੜ ਕੇ NRI 'ਤੇ ਗੋਲੀਆਂ ਚਲਾਈਆਂ ਜਾਂਦੀਆਂ ਨੇ, ਉਸ ਤੋਂ ਬਾਅਦ 'ਚ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਜ਼ਖਮੀ ਹਾਲ ਦੇ ਵਿੱਚ NRI ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਕਿ ਉਸਦਾ ਇਲਾਜ ਚੱਲ ਰਿਹਾ। ਫਿਲਹਾਲ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਅਤੇ ਇਸ ਦੇ ਵਿਚਾਲੇ ਪੁਲਿਸ ਦਾ ਐਕਸ਼ਨ ਵੀ ਨਜ਼ਰ ਆ ਰਿਹਾ। DGP ਪੰਜਾਬ ਦੇ ਵੱਲੋਂ ਕਿਹਾ ਗਿਆ ਕਿ ਮੁਲਜ਼ਮਾਂ ਨੂੰ ਜਲਦ ਕਾਬੂ ਕੀਤਾ ਜਾਵੇ, ਅਜਿਹੇ ਨਿਰਦੇਸ਼ ਦਿੱਤੇ ਗਏ ਨੇ। ਦਰਅਸਲ ਅੰਮ੍ਰਿਤ ਸਾਹਿਬ ਦੇ ਪਿੰਡ ਦਬੁਰਜੀ ਦੇ ਵਿੱਚ ਘਰ ਦੇ ਵਿੱਚ ਵੜ ਕੇ NRI ਨੂੰ ਗੋਲੀਆਂ ਮਾਰੀਆਂ ਜਾਂਦੀਆਂ ਨੇ। ਦੋ ਬਦਮਾਸ਼ਾਂ ਨੇ ਪਰਿਵਾਰ ਸਾਹਮਣੇ ਇਹ ਗੋਲੀਆਂ ਮਾਰੀਆਂ, ਹਸਪਤਾਲ ਦੇ ਵਿੱਚ ਦਾਖਲ। NRI ਦੀ ਹਾਲਤ ਗੰਭੀਰ ਬਣੀ ਹੋਈ ਹੈ। 1 ਮਹੀਨਾ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਆਇਆ NRI, ਜਿਸ ਨੂੰ ਕਿ ਨਿਸ਼ਾਨਾ ਬਣਾਇਆ ਗਿਆ ਇਹਨਾਂ ਬਦਮਾਸ਼ਾਂ ਦੇ ਵੱਲੋਂ। ਸੁਖਚੈਨ ਸਿੰਘ ਜੋ ਕਿ NRI ਜਿਸਦਾ ਕਿ ਨਾਮ ਦੱਸਿਆ ਜਾ ਰਿਹਾ, ਮੌਕੇ ਦੀ ਖੌਫਨਾਕ CCTV ਵੀ ਸਾਹਮਣੇ ਆਈ ਹੈ। ਮਹਿਲਾਵਾਂ ਅਤੇ ਬੱਚਿਆਂ ਦੇ ਸਾਹਮਣੇ ਬਦਮਾਸ਼ ਗੋਲੀਆਂ ਚਲਾ ਰਹੇ ਨੇ, ਜੋ ਕਿ CCTV ਦੇ ਵਿੱਚ ਸਾਫ਼ ਵੇਖਿਆ ਜਾ ਸਕਦਾ ਹੈ। ਇੱਕ ਮੋਟਰਸਾਈਕਲ 'ਤੇ ਸਵਾਰ ਹੋ ਕੇ ਦੋਵੇਂ ਮੁਲਜ਼ਮ ਆਉਂਦੇ ਨੇ NRI ਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ, ਪਰਿਵਾਰ ਦੇ ਸਾਹਮਣੇ, ਪਰਿਵਾਰਕ ਮੈਂਬਰਾਂ ਦੇ ਸਾਹਮਣੇ NRI 'ਤੇ ਗੋਲੀਆਂ ਚਲਾ ਕੇ ਉਸ ਤੋਂ ਬਾਅਦ ਫਰਾਰ ਹੋ ਜਾਂਦੇ ਨੇ। ਹਮਲਾਵਰਾਂ ਦੇ ਅੱਗੇ ਹੱਥ ਜੋੜਦਾ ਦਿਖਾਈ ਦੇ ਰਿਹਾ ਬੱਚਾ। ਬੱਚੇ ਦੇ ਵੱਲੋਂ ਹਮਲਾਵਰਾਂ ਦੇ ਅੱਗੇ ਹੱਥ ਵੀ ਜੋੜੇ ਜਾਂਦੇ ਨੇ, ਵਾਸਤੇ ਪਾਏ ਜਾਂਦੇ ਨੇ, ਪਰ ਇਸ ਦੇ ਦੌਰਾਨ ਜਿਹੜੇ ਕਿ ਇਹਨਾਂ ਮੁਲਜ਼ਮਾਂ ਦੇ ਵੱਲੋਂ NRI 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਅਧਿਕਾਰੀਆਂ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਕੀਤੀ ਹੈ। NRI ਸੁਖਚੈਨ ਨੂੰ 2 ਗੋਲੀਆਂ ਵੱਜੀਆਂ ਨੇ। ਪੁਲਿਸ ਦਾ ਕਹਿਣਾ ਹੈ ਕਿ NRI ਸੁਖਚੈਨ ਨੂੰ 2 ਗੋਲੀਆਂ ਵੱਜੀਆਂ ਨੇ, ਪਿਸਤੌਲ ਅੜਨ ਦੇ ਕਾਰਨ ਮੁਲਜ਼ਮ ਹੋਰ ਫਾਇਰ ਨਹੀਂ ਕਰ ਸਕੇ, ਜੋ ਪੁਲਿਸ ਦਾ ਬਿਆਨ ਸਾਹਮਣੇ ਆਇਆ। NRI ਨੇ ਦੂਜਾ ਵਿਆਹ ਕਰਵਾਇਆ ਹੋਇਆ, ਜੋ ਹੁਣ ਤੱਕ ਦੀ ਜਾਣਕਾਰੀ ਸਾਹਮਣੇ ਹੈ ਕਿ NRI ਨੇ ਦੂਜਾ ਵਿਆਹ ਕਰਵਾਇਆ ਹੋਇਆ। ਪੁਲਿਸ ਦੇ ਮੁਤਾਬਕ NRI ਦੀ ਪਹਿਲੀ ਪਤਨੀ ਨੇ 2022 ਦੇ ਵਿੱਚ ਸੁਸਾਈਡ ਕਰ ਲਿਆ ਸੀਗਾ। ਇਸ ਮਾਮਲੇ ਦੇ ਵਿੱਚ NRI ਸੁਖਚੈਨ ਅਤੇ ਉਸਦਾ ਭਰਾ ਬਰੀ ਹੋ ਗਏ ਸੀ, ਜਦਕਿ ਮਾਂ ਦੇ ਖਿਲਾਫ਼ ਚਲਾਨ ਪੇਸ਼ ਕੀਤਾ ਗਿਆ ਸੀ। NRI ਦੇ ਪਰਿਵਾਰ ਨੇ ਹੁਣ ਪਹਿਲੀ ਪਤਨੀ ਦੇ ਪਰਿਵਾਰ 'ਤੇ ਹਮਲੇ ਦਾ ਸ਼ੱਕ ਜਤਾਇਆ, ਜਿਨ੍ਹਾਂ ਤੋਂ ਉਸ ਨੂੰ ਪਹਿਲਾਂ ਵੀ ਧਮਕੀਆਂ ਮਿਲ ਚੁੱਕੀਆਂ ਨੇ। ਤਿੰਨ ਤਸਵੀਰਾਂ ਤੁਹਾਨੂੰ ਵਿਖਾ ਰਹੇ ਕਿਸ ਤਰੀਕੇ ਦੇ ਨਾਲ ਮੁਲਜ਼ਮਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਬਾਈਕ 'ਤੇ ਸਵਾਰ ਹੋ ਕੇ 2 ਹਮਲਾਵਰ ਆਉਂਦੇ ਨੇ, ਸਾਫ਼ CCTV ਦੇ ਵਿੱਚ ਵੇਖਿਆ ਜਾ ਸਕਦਾ। ਪਿਸਤੌਲ ਦੀ ਨੋਕ 'ਤੇ ਜਿਹੜੇ ਕਿ ਇਸ ਦੇ ਵੱਲੋਂ ਕਿ ਘਰ ਦੇ ਵਿੱਚ ਦਾਖਲ ਹੋ ਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। NRI ਉਸਦੇ ਬਾਕੀ ਪਰਿਵਾਰਕ ਮੈਂਬਰ ਤਸਵੀਰਾਂ ਦੇ ਵਿੱਚ ਵੇਖੇ ਜਾ ਸਕਦੇ ਨੇ। NRI ਨੂੰ ਇਸੇ ਦੌਰਾਨ ਪਰਿਵਾਰ ਦੇ ਸਾਹਮਣੇ, ਪਰਿਵਾਰਕ ਮੈਂਬਰਾਂ ਦੇ ਸਾਹਮਣੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ। ਇਸ ਦੌਰਾਨ ਹਾਲਾਂਕਿ ਬੱਚਾ ਵਾਸਤਾ ਪਾਉਂਦਾ ਹੋਇਆ ਨਜ਼ਰ ਆਉਂਦਾ, ਉਸਦੇ ਵੱਲੋਂ ਹੱਥ ਵੀ ਜੋੜੇ ਜਾਂਦੇ ਨੇ ਹਮਲਾਵਰਾਂ ਦੇ ਅੱਗੇ। ਪਰ ਇਹਨਾਂ ਹਮਲਾਵਰਾਂ ਦੇ ਵੱਲੋਂ, ਇਹਨਾਂ ਮੁਲਜ਼ਮਾਂ ਦੇ ਵੱਲੋਂ ਉਸ ਬੱਚੇ ਦੀ, ਪਰਿਵਾਰ ਦੀ ਇੱਕ ਵੀ ਨਹੀਂ ਸੁਣੀ ਜਾਂਦੀ। NRI 'ਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਘਰ ਦੇ ਵਿੱਚ ਵੜ ਕੇ NRI ਨੂੰ ਇਹਨਾਂ 2 ਮੁਲਜ਼ਮਾਂ ਦੇ ਵੱਲੋਂ ਨਿਸ਼ਾਨਾ ਬਣਾਇਆ ਜਾਂਦਾ। ਪੂਰੀਆਂ ਤਸਵੀਰਾਂ ਜੋ ਕਿ ਆਪਣੇ ਆਪ ਦੇ ਵਿੱਚ ਇਸ ਖੂਨੀ ਵਾਰਦਾਤ ਨੂੰ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਮੁਲਜ਼ਮ, ਇਹ ਬਦਮਾਸ਼ ਬਿਲਕੁਲ ਬੇਖੌਫ ਨਜ਼ਰ ਆ ਰਹੇ ਨੇ ਅਤੇ ਬੇਖੌਫ ਹੋ ਕੇ ਘਰ ਦੇ ਵਿੱਚ ਵੜ ਕੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਫਿਲਹਾਲ ਇਹ ਵੱਡਾ ਸਵਾਲ ਹੈ ਕਿ ਆਖਿਰਕਾਰ ਜਿਨ੍ਹਾਂ ਮੁਲਜ਼ਮਾਂ ਦੇ ਵੱਲੋਂ ਸਿੱਧੇ ਤੌਰ 'ਤੇ ਕਾਨੂੰਨ ਨੂੰ ਹੱਥ ਵਿੱਚ ਲਿਆ ਗਿਆ, ਕਾਨੂੰਨ ਨੂੰ ਟਿੱਚ ਜਾਣਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ, ਵੱਡਾ ਸਵਾਲ ਹੈ ਕਿ ਆਖਿਰਕਾਰ ਇਹ 2 ਮੁਲਜ਼ਮ ਕਦੋਂ ਪੁਲਿਸ ਦੀ ਗ੍ਰਿਫਤ ਵਿੱਚ ਆਉਣਗੇ, ਕਦੋਂ ਤੱਕ ਪੁਲਿਸ ਇਹਨਾਂ ਮੁਲਜ਼ਮਾਂ ਤੱਕ ਪਹੁੰਚੇਗੀ ਜਿਨ੍ਹਾਂ ਦੇ ਵੱਲੋਂ ਬੇਖੌਫ ਹੋ ਕੇ ਘਰ ਦੇ ਵਿੱਚ ਵੜ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਵਿਹੜੇ ਦੇ ਵਿੱਚ ਔਰ ਸਭ ਤੋਂ ਪਹਿਲਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਕਿ ਇੱਕ ਵੱਡਾ ਘਰ ਹੈ ਪਿੰਡ ਦੇ ਵਿੱਚ, ਜਿਸ ਤਰ੍ਹਾਂ ਜ਼ਿਮੀਂਦਾਰਾਂ ਦੇ ਜਿਹੜੇ ਵੱਡੇ ਘਰ ਹੁੰਦੇ ਨੇ, ਤਾਂ ਸਾਹਮਣੇ ਤੁਸੀਂ ਦੇਖੋ ਕਿ ਇਹ
ਘਰ ਦਾ ਮੇਨ ਗੇਟ ਹੈ ਔਰ ਮੇਨ ਗੇਟ ਤੋਂ ਅੱਗੇ ਖੁੱਲ੍ਹਾ ਵਿਹੜਾ ਹੈ ਔਰ ਇਸ ਤੋਂ ਬਾਅਦ ਅੱਗੇ ਘਰ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ। ਤੁਸੀਂ ਦੇਖ ਸਕਦੇ ਹੋ ਕਿ ਇੱਕ ਮਰਸਡੀਜ਼ ਗੱਡੀ ਜਿਸ ਦਾ ਸਵੇਰ ਤੋਂ ਲਗਾਤਾਰ ਜ਼ਿਕਰ ਹੋ ਰਿਹਾ ਕਿ ਸਭ ਤੋਂ ਪਹਿਲਾਂ ਜਿਹੜੇ ਦੋ ਬਦਮਾਸ਼ ਆਉਂਦੇ ਨੇ ਇਸ ਮਰਸਡੀਜ਼ ਗੱਡੀ ਬਾਰੇ ਜਾਣਕਾਰੀ ਉਹਨਾਂ ਵੱਲੋਂ ਮੰਗੀ ਜਾਂਦੀ ਹੈ, ਗੱਡੀ ਦੀ ਆਰਸੀ ਦੇਣ ਦੀ ਗੱਲ ਕਹੀ ਜਾਂਦੀ ਹੈ ਪਰ ਸੁਖਚੈਨ ਸਿੰਘ ਉਹਨਾਂ ਨੂੰ ਇਨਕਾਰ ਕਰਦਾ। ਉਸ ਤੋਂ ਬਾਅਦ ਇਸ ਪਾਸੇ ਜਿਹੜਾ ਪੂਰਾ ਜਿਹੜਾ ਸਾਰਾ ਘਟਨਾਕ੍ਰਮ ਹੈ ਉਹ ਉਸ ਵੇਲੇ ਵਾਪਰਦਾ ਤਾਂ ਸੀਸੀਟੀਵੀ ਕੈਮਰੇ ਘਰ ਦੇ ਵਿੱਚ ਥਾਂ ਥਾਂ 'ਤੇ ਲੱਗੇ ਹੋਏ। ਜਦੋਂ ਮੰਦਭਾਗੀ ਘਟਨਾ ਅਸੀਂ ਕਹਿ ਸਕਦੇ ਹਾਂ ਕਿ ਦੋ ਬਦਮਾਸ਼ ਜਿਹੜੇ ਨੇ ਉਹ ਆ ਕੇ ਸੁਖਚੈਨ ਸਿੰਘ ਨੂੰ ਨਿਸ਼ਾਨਾ ਬਣਾਉਂਦੇ ਨੇ। ਉਸ ਵੇਲੇ ਘਰ ਦੇ ਵਿੱਚ ਦੋ ਬੱਚੇ ਛੋਟੇ ਜਿਹੜੀ ਬਜ਼ੁਰਗ ਮਾਤਾ ਔਰ ਜਿਹੜੀ ਸੁਖਚੈਨ ਸਿੰਘ ਦੀ ਪਤਨੀ ਹੈ ਉਹ ਘਰ ਦੇ ਵਿੱਚ ਮੌਜੂਦ ਸੀ। ਤਾਂ ਇਸ ਵੇਲੇ ਕਿਉਂਕਿ ਜਿਸ ਜਿਸ ਨੂੰ ਵੀ ਇਸ ਘਟਨਾ ਬਾਰੇ ਪਤਾ ਲੱਗ ਰਿਹਾ ਤਾਂ ਹਰ ਕੋਈ ਆ ਕੇ ਪਰਿਵਾਰ ਦੇ ਨਾਲ ਜੋ ਹੈ ਉਹ ਦੁੱਖ ਵੀ ਸਾਂਝਾ ਕਰ ਰਿਹਾ ਔਰ ਆ ਕੇ ਪਤਾ ਲਿਆ ਜਾ ਰਿਹਾ ਕਿਉਂਕਿ ਸੁਖਚੈਨ ਸਿੰਘ ਦੀ ਜਿਹੜੀ ਤਬੀਅਤ ਹੈ ਉਹ ਫਿਲਹਾਲ ਕਿਉਂਕਿ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਤੁਰੰਤ ਤਾਂ ਉੱਥੇ ਜੇਰੇ ਇਲਾਜ ਨੇ। ਤਾਂ ਇਹ ਘਰ ਦੇ ਅੰਦਰ ਤੁਸੀਂ ਦੇਖੋ ਕਿ ਲੌਬੀ ਦੇ ਵਿੱਚ ਅਸੀਂ ਔਰ ਇੱਥੇ ਵੀ ਸੀਸੀਟੀਵੀ ਕੈਮਰਾ ਜੋ ਹੈ ਇੱਕ ਬਿਲਕੁਲ ਕਾਰਨਰ ਦੇ ਉੱਤੇ ਜਿੱਥੇ ਉਹਨਾਂ ਦਾ ਬੈੱਡਰੂਮ ਹੈ ਉਸਦੇ ਠੀਕ ਬਾਹਰ ਇੱਕ ਸੀਸੀਟੀਵੀ ਕੈਮਰਾ ਹੈ। ਤਾਂ ਇਹਨਾਂ ਕੈਮਰਿਆਂ ਦੀ ਮਦਦ ਦੇ ਨਾਲ ਹੀ ਸਵੇਰ ਦਾ ਜਿਹੜਾ ਪੂਰਾ ਘਟਨਾਕ੍ਰਮ ਜੋ ਘਰ ਦੇ ਵਿੱਚ ਵਾਪਰਦਾ ਤਾਂ ਉਹ ਇਹਨਾਂ ਕੈਮਰਿਆਂ ਦੇ ਵਿੱਚ ਹੀ ਕੈਦ ਹੋਇਆ ਔਰ ਉਸ ਕਰਕੇ ਹਰ ਕੋਈ ਹੈਰਾਨ ਵੀ ਹੋ ਰਿਹਾ। ਛੋਟੇ ਬੱਚੇ ਜਿਹੜੇ ਨੇ ਉਹ ਉਹਨਾਂ ਨੂੰ ਗੁਜ਼ਾਰਿਸ਼ ਕਰਦੇ ਹੋਏ ਨਜ਼ਰ ਆ ਰਹੇ ਨੇ ਕਿ ਸਾਡੇ ਪਾਪਾ ਨੂੰ ਇਸ ਤਰੀਕੇ ਦੇ ਨਾਲ ਨਾ ਮਾਰੋ। ਤਾਂ ਦੋ ਜਿਹੜੇ ਬਦਮਾਸ਼ ਨੇ ਉਹਨਾਂ ਵੱਲੋਂ ਗੋਲੀਆਂ ਤਾਂ ਮਾਤਾ ਜੀ ਸਾਡੇ ਨਾਲ ਨੇ ਇੱਥੇ ਤੁਸੀਂ ਦੇਖੋ ਕਿ ਇਹ ਵੀ ਉਸ ਵੇਲੇ ਉੱਥੇ ਮੌਜੂਦ ਸੀ। ਮਾਤਾ ਜੀ ਇਸ ਵੇਲੇ ਸਭ ਤੋਂ ਪਹਿਲਾਂ ਸੁਖਚੈਨ ਸਿੰਘ ਦਾ ਹਾਲ ਕੀ ਹੈ, ਕੀ ਹੋਸਪਿਟਲ ਤੋਂ ਪਤਾ ਲੱਗਿਆ? ਠੀਕ ਕਹਿੰਦੇ ਠੀਕ ਹੈ, ਇੱਕ ਗੋਲੀ ਦਾ ਖੋਲ ਅੰਦਰ ਉਹ ਕੱਢਣ ਆ ਡਾਕਟਰ ਨੇ। ਜਿੱਦਾਂ ਸਵੇਰ ਦਾ ਵੇਲਾ ਸੀ, ਸਵੇਰੇ ਬੱਚਿਆਂ ਨੇ ਸਕੂਲ ਜਾਣਾ ਹੁੰਦਾ, ਹੋਰ ਘਰਾਂ ਦੇ ਕੰਮ ਹੁੰਦੇ, ਕੀ ਉਸ ਵੇਲੇ ਚੱਲ ਰਿਹਾ ਸੀ ਜਦੋਂ ਇੱਕਦਮ ਇਹ ਪਤਾ? ਕੁਛ ਨਹੀਂ ਚੱਲਦਾ ਪਿਆ, ਬੱਚਿਆਂ ਨੇ ਅੱਜ ਛੁੱਟੀ ਸੀ, ਬੱਚਿਆਂ ਨੇ ਜਾਣਾ ਨਹੀਂ ਸੀ ਅਤੇ ਬਸ ਮੈਂ ਅੰਦਰ ਬਿਸਤਰੇ ਬੁਸਤਰੇ ਚੁੱਕ ਕੇ ਚਾਦਰਾਂ 'ਤੇ ਉੱਧਰ ਵਿਛਾਉਣ ਡਈ ਸੀ। ਮੈਂ ਤਾਂ ਉਦੋਂ ਵੇਖਿਆ ਜਦੋਂ ਇੱਥੇ ਗੋਲੀਆਂ ਲੱਗ ਗਏ ਮਾਰਨ, ਲਿਆ ਕੇ ਬਾਹਰੋਂ ਜਿੰਮ ਜਾਂਦਾ ਨਾ 7:15 ਵਜੇ ਬੁਰਸ਼ ਕਰਦਾ ਹੀ ਪਿਆ, ਬੁਰਸ਼ ਕਰਦੇ ਕਰਦੇ ਨੂੰ ਲੈ ਆਏ ਇੱਥੇ ਅਤੇ ਗੋਲੀ ਮਤਲਬ ਘਰੋਂ ਨਿਕਲੇ ਸੀ ਜਾਂ ਕਈ ਕਿੱਦਾਂ ਪੂਰਾ ਨਿਕਲਿਆ ਸੀ? ਬਾਹਰ ਜਾ ਕੇ ਬੁਰਸ਼ ਕਰਨ ਡਿਆ ਸੀ, ਬਾਹਰ ਖਲੋ ਕੇ ਪਤਾ ਨਹੀਂ ਕਿੱਥੋਂ ਆ ਗਏ ਸਵੇਰੇ। ਪਛਾਣ ਦੀ ਕਿਉਂਕਿ ਮੂੰਹ ਵੀ ਨਹੀਂ ਢੱਕੇ ਨਾ, ਪਛਾਣ ਨਹੀਂ ਸਾਨੂੰ ਹੈਗੀ ਇਹਨਾਂ ਦੀ, ਪਛਾਣ ਨਹੀਂ ਕੀ ਪਤਾ ਕਿੱਥੋਂ ਆਏ, ਕਿੰਨੇ ਭੇਜੇ ਭੇਜੇ। ਤੁਸੀਂ ਬਜ਼ੁਰਗ ਹੋ, ਬੱਚੇ ਵੀ ਸੀ, ਉਹਨਾਂ ਦਾ ਵੀ ਨੁਕਸਾਨ ਹੋ ਸਕਦਾ ਸੀ, ਤਾਂ ਉਹਨਾਂ ਨੇ ਕਿਸੇ ਦੀ ਕੋਈ ਪਰਵਾਹ ਨਹੀਂ? ਕੁਛ ਨਹੀਂ ਕਿਹਾ ਉਹਨਾਂ ਨੇ ਸਾਨੂੰ। ਮੈਂ ਹੱਥ ਜੋੜਦੀ ਰਿਹਾ, ਬੇਟਾ ਮੇਰਾ ਪੋਤਰਾ ਉਹ ਵੀ ਹੱਥ ਜੋੜਦਾ ਰਿਹਾ, ਅੰਕਲ ਜੀ ਨਾ ਕਰੋ, ਅੰਕਲ ਜੀ ਨਾ, ਉਹਨਾਂ ਨੇ ਸੁਣੀ ਨਹੀਂ ਸਾਡੀ ਕੋਈ ਗੱਲ। ਪੁਲਿਸ ਵਾਲੇ ਕੋਈ ਆਏ ਪੁੱਛ ਗਿੱਛ? ਨਾ ਜੀ, ਪੁਲਿਸ ਵਾਲੇ ਸਵੇਰ ਦੇ ਆਏ ਨੇ। ਕਦੀ ਪਹਿਲਾਂ ਕੋਈ ਉਹਨਾਂ ਨੂੰ ਕੋਈ ਧਮਕੀ ਜਾਂ ਕੋਈ ਐਸੀ ਗੱਲ? ਧਮਕੀ ਕਿਆ, ਆਈ ਇੱਕ ਅੱਧੀ ਵਾਰੀ, ਤੈਨੂੰ ਹੀ ਮਾਰ ਦੇਣਾ, ਤੈਨੂੰ ਅਸੀਂ ਆਹ ਕਰ ਦੇਣਾ। ਗੱਲ ਇਹ ਸਾਹਮਣੇ ਆ ਰਹੀ, ਜਿਹੜਾ ਪਹਿਲਾ ਵਿਆਹ ਜਿਹੜਾ ਹੋਇਆ ਸੀ ਜਿਹਨੇ ਖੁਦਕੁਸ਼ੀ ਕੀਤੀ, ਕਿ ਉਹਨਾਂ ਦੇ ਪਰਿਵਾਰ ਵਾਲੇ ਵੀ ਤੰਗ ਕਰ? ਉਹਨਾਂ ਦੇ ਕੰਮ ਨੇ, ਉਹਨਾਂ ਨੇ ਬਿਲਕੁਲ। ਇਸ ਵੇਲੇ ਇਹ ਬਜ਼ੁਰਗ ਮਾਤਾ ਜੀ ਜਿਹੜੇ ਉਸ ਵੇਲੇ ਕਿਉਂਕਿ ਇਹਨਾਂ ਦਾ ਬੇਟਾ ਹੈ ਔਰ ਜੇਕਰ ਕਿਸੇ ਮਾਂ ਦੇ ਪੁੱਤ ਨੂੰ ਇਸ ਤਰੀਕੇ ਦੇ ਨਾਲ ਨਿਸ਼ਾਨਾ ਬਣਾਇਆ ਜਾਵੇ ਤਾਂ ਇੱਕ ਮਾਂ ਸਮਝ ਸਕਦੀ ਹੈ ਕਿ ਅਸੀਂ ਵੀ ਸਮਝਦੇ ਇਹਨਾਂ ਦੇ ਦਿਲ ਦੇ ਉੱਤੇ ਇਸ ਵੇਲੇ ਕੀ ਬੀਤਰੀ ਹੋਏਗੀ। ਪਰ ਸਭ ਤੋਂ ਹੈਰਾਨੀ ਦੀ ਗੱਲ ਹੈ ਕਿ ਦਿਨ ਦਿਹਾੜੇ ਘਰ ਦੇ ਅੰਦਰ ਆ ਕੇ, ਤਾਂ ਇੱਕ ਵਾਰ ਮੈਂ ਫਿਰ ਦਿਖਾ ਦਿਆਂ ਕਿ ਇਹ ਬਿਲਕੁਲ ਅੰਦਰ ਜਿਹੜੀ ਲੌਬੀ ਹੈ ਵੱਖ ਵੱਖ ਰੂਮ ਨੇ, ਇੱਧਰ ਬਾਥਰੂਮ ਹੈ। ਤੁਸੀਂ ਦੇਖੋ ਕਿ ਜੋ ਮਾਤਾ ਜੀ ਨੇ ਦੱਸਿਆ ਕਿ ਸਵੇਰ ਵੇਲੇ ਬ੍ਰਸ਼ ਕਰਨ ਤੋਂ ਬਾਅਦ ਉਹ ਜਿੰਮ ਦੇ ਲਈ ਨਿਕਲੇ ਸੀ, ਪਰ ਕੁਝ ਦੂਰੀ 'ਤੇ ਪਹੁੰਚਦਿਆਂ ਹੀ ਉਹਨਾਂ ਨੂੰ ਜਿਹੜਾ ਘੇਰ ਲਿਆ ਜਾਂਦਾ ਹੈ ਔਰ ਉਸ ਤੋਂ ਬਾਅਦ ਘਰ ਦੇ ਅੰਦਰ ਲੈ ਕੇ ਉਹ ਪਹੁੰਚਦੇ ਨੇ ਦੋਵੇਂ ਜਿਹੜੇ ਬਦਮਾਸ਼। ਤਾਂ ਉਹਨਾਂ ਵੱਲੋਂ ਹੀ ਇਹ ਪੂਰੀ ਜਿਹੜੀ ਕਾਰਵਾਈ ਹੈ ਉਸ ਨੂੰ ਅੰਜਾਮ ਦਿੱਤਾ ਗਿਆ। ਦੋ ਛੋਟੇ ਬੱਚੇ ਜਿਹੜੇ ਨੇ ਸੁਖਚੈਨ ਸਿੰਘ ਦੇ
ਉਹ ਉਸ ਵੇਲੇ ਤਸਵੀਰਾਂ ਦੇ ਵਿੱਚ ਵੀ ਨਜ਼ਰ ਆ ਰਹੇ ਨੇ ਕਿ ਅਪੀਲ ਕਰਦੇ ਹੋਏ ਉਹਨਾਂ ਨੂੰ ਦਿਖਾਈ ਦੇ ਰਹੇ ਨੇ ਕਿ ਸਾਡੇ ਪਾਪਾ ਨੂੰ ਇਸ ਤਰੀਕੇ ਦੇ ਨਾਲ ਨਾ ਨਿਸ਼ਾਨਾ ਬਣਾਇਆ ਜਾਵੇ। ਤੁਹਾਨੂੰ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੀਆਂ ਤਸਵੀਰਾਂ ਵਿਖਾ ਰਹੇ ਹਾਂ। ਸੀਸੀਟੀਵੀ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ ਕਿ ਕਿਵੇਂ ਬੇਖੌਫ ਹੋ ਕੇ ਦੋ ਮੁਲਜ਼ਮਾਂ ਦੇ ਵੱਲੋਂ, ਦੋ ਬਦਮਾਸ਼ਾਂ ਦੇ ਵੱਲੋਂ ਘਰ ਦੇ ਵਿੱਚ ਵੜ ਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ। ਪਰਿਵਾਰਕ ਮੈਂਬਰਾਂ ਦੇ ਵੱਲੋਂ ਵਾਸਤੇ ਪਏ ਜਾਂਦੇ ਨੇ, ਇਹਨਾਂ ਮੁਲਜ਼ਮਾਂ ਦੇ ਅੱਗੇ ਹੱਥ ਜੋੜੇ ਜਾਂਦੇ ਨੇ, ਪਰ ਇਹਨਾਂ ਮੁਲਜ਼ਮਾਂ ਦੇ ਵੱਲੋਂ, ਬਦਮਾਸ਼ਾਂ ਦੇ ਵੱਲੋਂ ਪਰਿਵਾਰ ਦੇ ਮੈਂਬਰਾਂ ਦੀ ਇੱਕ ਵੀ ਨਹੀਂ ਸੁਣੀ ਜਾਂਦੀ। ਐਨ ਆਰ ਆਈ 'ਤੇ ਦੋ ਗੋਲੀਆਂ ਚਲਾਈਆਂ ਜਾਂਦੀਆਂ ਅਤੇ ਗੋਲੀਆਂ ਚਲਾ ਕੇ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਇੱਕ ਬੱਚਾ, ਪਰਿਵਾਰ ਦਾ ਇੱਕ ਬੱਚਾ ਵੀ ਜੋ ਕਿ ਤਸਵੀਰਾਂ ਦੇ ਵਿੱਚ ਨਜ਼ਰ ਆ ਰਿਹਾ ਹੈ, ਜਿਸ ਦੇ ਵੱਲੋਂ ਹੱਥ ਜੋੜੇ ਜਾਂਦੇ ਨੇ, ਵਾਸਤੇ ਪਾਏ ਜਾਂਦੇ ਨੇ ਮੁਲਜ਼ਮਾਂ ਦੇ ਅੱਗੇ, ਇਹਨਾਂ ਬਦਮਾਸ਼ਾਂ ਦੇ ਅੱਗੇ ਕਿ ਉਹਨਾਂ ਦੇ ਪਿਤਾ ਨੂੰ, ਪਰਿਵਾਰ ਨੂੰ ਬਖਸ਼ ਦਿਓ, ਪਰ ਇਹਨਾਂ ਬਦਮਾਸ਼ਾਂ ਦੇ ਵੱਲੋਂ ਇੱਕ ਵੀ ਨਹੀਂ ਸੁਣੀ ਜਾਂਦੀ ਤਾਂ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਕਿਸ ਤਰੀਕੇ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਆਪਣੀਆਂ ਅੱਖਾਂ ਦੇ ਨਾਲ ਬੱਚੇ ਦੇ ਵੱਲੋਂ ਕੀ ਕੁਝ ਵੇਖਿਆ ਗਿਆ, ਉਸਨੇ ਵੀ ਖੁਦ ਬਿਆਨ ਕੀਤਾ। ਆਪਣੇ ਉਸ ਵਕਤ ਕਿਹਾ ਥਾ ਗਰਮੇ ਮਾਹੌਲ? ਉਹ ਨਾ ਬਾਹਰ ਸੇ ਲਿਆਏ, ਅੰਦਰ ਲਿਆ ਕੇ ਉਧਰ ਚਲੇ ਥੇ, ਮੇਰੇ ਪਾਪਾ ਵੈਪਨ ਲੈਣੇ ਚਲੇ ਥੇ, ਜਬ ਉਸਨੇ ਕਹਿ ਦਿਆ ਨਾ ਵੈਪਨ ਲੈਣੇ ਜਾਏਂਗੇ, ਫਿਰ ਉਹ ਇਧਰ ਲੈ ਕੇ ਆ ਗਏ। ਫਿਰ ਤਾਂ ਆਪਨੇ ਜਬ ਘਰ ਮੇ ਐਂਟਰ ਹੋਏ, ਕਿਤਨੇ ਜਾਣੇ ਥੇ ਬਤਾ ਸਕਤੇ? ਦੋ ਜਾਣੇ ਥੇ। ਦੋ ਜਾਣੇ ਥੇ। ਉਹਨਾਂ ਨੇ ਪਹਿਲੇ ਸੇ ਹੀ ਵੈਪਨ ਪਕੜਾ ਹੁਆ ਥਾ ਜਾਂ ਘਰ ਮੇ ਆ ਕੇ ਵੈਪਨ? ਘਰ ਪੇ ਆ ਕੇ ਨਿਕਾਲਾ। ਤਬ ਆਪਨੇ ਜੈਸੇ ਉਨਕੋ ਰਿਕੁਐਸਟ ਵੀ ਕੀ ਕਿ ਮਤ ਚਲਾਓ, ਗੋਲੀ ਮਤ ਚਲਾਓ, ਫਿਰ ਵੀ ਉਹ ਮਾਨੇ ਨਹੀਂ ਆਪਕੇ ਪਾਸ? ਯੈਸ। ਤੋ ਕਿਆ ਤਬ ਆਪ ਕਿਆ ਕਰ ਰਹੇ ਥੇ ਘਰ ਮੇ ਪਹਿਲੇ, ਉਨਕੇ ਆਣੇ ਸੇ ਪਹਿਲੇ ਸਭ ਕਿਆ ਕਿਆ ਕਰ ਰਹੇ ਥੇ, ਕੌਣ ਕਾਂ ਕਾਂ ਪੇ ਥਾ? ਮੰਮਾ ਮੇ ਕਾਮ ਕਰ ਰਹੇ ਥੇ, ਮੈਂ ਬੁਰਸ਼ ਕਰਨੇ ਲਗਾ ਥਾ, ਉਹ ਉਧਰ ਸੇ ਆ ਗਏ। ਤੋ ਉਹਨਾਂ ਨੇ ਆਤੇ ਸੀਧਾ ਹੀ ਪਹਿਲੇ ਗੇਟ ਸੇ ਐਂਟਰ ਹੋਏ ਔਰ ਸਾਥ ਮੇ ਫਿਰ ਕਿਆ ਕੀਆ ਗਿਆ ਉਹਨਾਂ ਨੇ ਬਤਾ? ਨਹੀਂ। ਕਿਆ ਕਿਆ ਦੇਖਾ ਥਾ ਆਪਨੇ? ਪਹਿਲੋ ਮੇਰੇ ਪਾਪਾ ਇੱਧਰ ਕੋ ਗਏ, ਫਿਰ ਉਧਰ ਕੋ ਉਹਨੇ ਜਾਣੇ ਨਹੀਂ ਦਿਆ, ਫਿਰ ਇੱਧਰ ਲੈ ਕੇ ਆਏ। ਤੋ ਪਾਪਾ ਆਪਕੇ ਘਰ ਮੇ ਆਪਣਾ ਬੈਡ ਮੇ ਬੈਡਰੂਮ ਮੇ ਥੇ ਜਾਂ ਬਾਹਰ ਸੇ ਉਹਨਾਂ ਨੇ ਆ ਕੇ ਉਨਕੋ ਆਵਾਜ਼ ਮਾਰੀ? ਬਾਹਰ ਸੇ। ਪਾਪਾ ਬਾਹਰ ਥੇ ਆਪਕੇ। ਤੋ ਆਪਨੇ ਉਨਕੋ ਕਿਆ ਬੋਲਾ ਜੋ ਫਾਇਰ ਕਰਨੇ ਆਏ ਥੇ, ਤੋ ਉਹਨਾਂ ਨੇ ਜੈਸੇ ਵੈਪਨ ਨਿਕਾਲੇ, ਆਪਨੇ ਦੇਖਾ ਕਿ ਇਹਨਾਂ ਨੇ ਤੋ ਵੈਪਨ ਆਪਣਾ ਨਿਕਾਲ ਲਈ ਪਿਸਟਲ, ਤੋ ਆਪਨੇ ਉਨਕੋ ਕਿਆ ਬੋਲਾ? ਮੈਨੇ ਕਿਹਾ ਕਿ ਮਤ ਚਲਾਓ। ਹਾਂ, ਬਟ ਉਹ ਨਹੀਂ ਮਾਨੇ। ਯੈਸ। ਉਸਕੇ ਬਾਅਦ ਫਿਰ ਪਾਪਾ ਕੋ ਯਹਾਂ ਸੇ ਫਿਰ ਹਸਪੀਟਲ ਸਭ ਲੈ ਕੇ? ਹਾਂ। ਤੋ ਪਹਿਲੇ ਉਹਨਾਂ ਨੇ ਆਤੇ ਕੋਈ ਕਹਿ ਸਕਤੇ ਹੈ ਕੋਈ ਝਗੜਾ ਕਰਨੇ ਕੀ ਜਾਂ ਮਾਰਨੇ ਕੀ ਔਰ ਕਿਸੇ ਕੋ ਵੀ ਕੋਈ ਕੁਛ ਚੋਟ ਪਹੁੰਚਾਉਣੇ ਕੀ ਕੋਸ਼ਿਸ਼ ਕੀ? ਔਰ ਕਿਸੇ ਕੋ ਨਹੀਂ ਕੀ, ਉਨਕਾ ਟਾਰਗੇਟ ਉਹੀ ਥਾ। ਪਾਪਾ ਹੀ ਥੇ ਆਪਕੇ? ਹਾਂਜੀ। ਐਨ ਆਰ ਆਈ ਸੁਖਚੈਨ ਦਾ ਬੇਟਾ ਜਿਸ ਦੇ ਨਾਲ ਸਾਡੇ ਵੱਲੋਂ ਗੱਲਬਾਤ ਕੀਤੀ ਗਈ, ਉਸਨੇ ਪੂਰੀ ਹੱਡਬੀਤੀ ਬਿਆਨ ਕੀਤੀ ਹੈ ਕਿਉਂਕਿ ਬੱਚਾ ਇਹ ਨਾਬਾਲਗ ਹੈ, ਇਸ ਕਰਕੇ ਅਸੀਂ ਉਸਦੀਆਂ ਤਸਵੀਰਾਂ ਬਲਰ ਕਰਕੇ ਦਿਖਾਈਆਂ ਨੇ, ਉਹਦੀ ਸਾਡੀਆਂ ਕੀ ਸੀਮਾਵਾਂ ਨੇ, ਕੀ ਹੱਦ ਹੈ, ਨਾਬਾਲਗ ਬੱਚੇ ਨੂੰ ਕਿਸ ਤਰੀਕੇ ਦੇ ਨਾਲ ਸਕਰੀਨ 'ਤੇ ਟੀ ਵੀ 'ਤੇ ਵਿਖਾਇਆ ਜਾ ਸਕਦਾ, ਇਸ ਨੂੰ ਅਸੀਂ ਬਾਖੂਬੀ ਸਮਝੇ, ਇਸੇ ਕਰਕੇ ਉਸਦੇ ਚਿਹਰੇ ਨੂੰ ਬਲਰ ਕਰਕੇ ਅਸੀਂ ਉਸਦਾ ਪੱਖ ਵੀ ਸੁਣਾਇਆ, ਉਸਦਾ ਬਿਆਨ ਵੀ ਸੁਣਾਇਆ ਕਿ ਉਸਦੇ ਵੱਲੋਂ ਆਪਣੀਆਂ ਅੱਖਾਂ ਦੇ ਨਾਲ ਕੀ ਕੁਝ ਵੇਖਿਆ ਜਾਂਦਾ। ਉਸਨੇ ਵੀ ਪੂਰੀ ਵਾਰਦਾਤ ਨੂੰ ਬਿਆਨ ਕੀਤਾ ਕਿ ਇਹਨਾਂ ਬਦਮਾਸ਼ਾਂ ਦਾ, ਮੁਲਜ਼ਮਾਂ ਦਾ ਟਾਰਗੇਟ ਸਿਰਫ ਐੱਨ ਆਰ ਆਈ ਸੁਖਚੈਨ ਸਿੰਘ ਸੀਗਾ, ਉਸ ਨੂੰ ਸਿੱਧੇ ਤੌਰ 'ਤੇ ਟਾਰਗੇਟ ਕਰਨ ਦੇ ਲਈ ਘਰ ਦੇ ਵਿੱਚ ਦਾਖਲ ਹੁੰਦੇ ਨੇ। ਬੱਚੇ ਦੇ ਵੱਲੋਂ ਵੀ ਕਿਹਾ ਗਿਆ ਕਿ ਉਸਦੇ ਵੱਲੋਂ ਹੱਥ ਜੋੜੇ ਜਾਂਦੇ ਨੇ, ਬਾਕੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਹਨਾਂ ਬਦਮਾਸ਼ਾਂ ਦੇ ਅੱਗੇ ਵਾਸਤੇ ਪਾਏ ਜਾਂਦੇ ਨੇ, ਪਰ ਐੱਨ ਆਰ ਆਈ 'ਤੇ ਗੋਲੀਆਂ ਚਲਾਉਂਦੇ ਹੋਏ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਜਾਂਦੇ ਨੇ।
ਤੇ ਇਸ ਪੂਰੇ ਬਿਆਨ ਨੂੰ, ਇਸ ਪੂਰੀ ਘਟਨਾ ਨੂੰ ਲੈ ਕੇ, ਵਾਰਦਾਤ ਨੂੰ ਲੈ ਕੇ ਪੁਲਿਸ ਕਮਿਸ਼ਨਰ ਦਾ ਪੱਖ ਵੀ ਸਾਹਮਣੇ ਆਇਆ। ਆਖਿਰਕਾਰ ਉਹਨਾਂ ਦੇ ਵੱਲੋਂ ਕੀ ਕੁਝ ਕਿਹਾ ਗਿਆ ਤੁਹਾਨੂੰ ਵੀ ਸੁਣਾਉਂਦੇ। ਸਿੰਘ ਇੱਕ ਇੱਥੋਂ ਦਾ ਵਸਨੀਕ ਹੈਗਾ, ਇਹ ਅਮੈਰੀਕਾ ਰਹਿੰਦਾ ਗਾ, ਇਹ ਇੱਥੇ ਆਇਆ ਵਾ ਸੀਗਾ। ਇਹਨੂੰ ਸਵੇਰੇ ਕੋਈ ਦੋ ਬੰਦੇ, ਤਿੰਨ ਬੰਦੇ ਬੇਸਿਕਲੀ ਆਏ ਸੀ, ਦੋ ਬੰਦੇ ਅੰਦਰ ਆਏ, ਉਹਨਾਂ ਨੇ ਆ ਕੇ ਇਹਦੇ ਨਾਲ ਇਹਦੇ ਪਿਸਤੌਲ ਇਹਦੇ ਲਾ ਕੇ, ਕੰਨ 'ਤੇ ਲਾ ਕੇ ਇਹਨੂੰ ਅੰਦਰ ਲੈ ਕੇ ਗਏ ਨੇ। ਅਤੇ ਜਿਉਂ ਹੀ ਇਹਨੇ ਉਹ ਰਿਐਕਟ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਨਾਂ ਨੇ ਇਹਦੇ ਗੋਲੀ ਮਾਰੀ ਆ, ਜਿਹੜੇ ਇਹਦੇ ਕੰਨ 'ਚ ਲੱਗ ਕੇ ਜਵਾੜੇ 'ਚ ਲੱਗੀ ਆ, ਅਤੇ ਦੂਸਰੀ ਗੋਲੀ ਬਾਂਹ 'ਚ ਲੱਗੀ ਆ। ਅਤੇ ਅਸੀਂ ਜਿਹੜੀਆਂ CCTV ਫੁਟੇਜ ਦੇ ਆਧਾਰ 'ਤੇ ਅਤੇ ਹੋਰ ਟੈਕਨੀਕਲ ਇਨਪੁੱਟਸ ਦੇ ਆਧਾਰ 'ਤੇ ਪ੍ਰੋਫੈਸ਼ਨਲੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ, ਇਹਨਾਂ ਦੀ ਮਾਤਾ ਦੇ ਬਿਆਨਾਂ 'ਤੇ FIR ਦਰਜ ਹੋ ਗਈ ਆ। FIR ਦੇ ਵਿੱਚ ਜਿਹੜਾ ਇਹਨਾਂ ਨੇ ਜ਼ਿਆਦਾ ਕਲੇਮ ਕੀਤਾ ਗਾ, ਇਹਦੀ ਵਾਈਫ ਨੇ ਪਹਿਲਾਂ ਸੂਸਾਈਡ ਕਰ ਲਿਆ ਸੀ, ਉਹ ਸੂਸਾਈਡ ਦਾ ਇਸ ਇਹ ਜਿਹੜੇ ਜਿਹੜਾ ਜ਼ਖਮੀ ਹੋਇਆ ਇਹਦੇ 'ਤੇ, ਇਹਦੇ ਭਰਾ 'ਤੇ, ਪਲੱਸ ਇਹਦੀ ਮਾਤਾ 'ਤੇ, ਪਲੱਸ ਇਹਦੀ ਸਿਸਟਰ 'ਤੇ। ਇਹ ਚਾਰਾਂ ਬੰਦਿਆਂ 'ਤੇ ਇੱਕ FIR ਦਰਜ ਹੋਈ ਸੀ ਉਸ ਵੱਲੋਂ, ਉਹ ਕਿਉਂਕਿ ਉਹ ਤਿੰਨੇ ਬੰਦੇ ਬਾਹਰ ਸੀ, ਉਹ ਇਨਵੈਸਟੀਗੇਸ਼ਨ ਦੌਰਾਨ ਉਹਨਾਂ ਦਾ ਕੋਈ ਰੋਲ ਨਹੀਂ ਹੋਣਾ ਪਾਇਆ ਗਿਆ ਸੀ, ਸਿਰਫ ਮਾਤਾ ਦੇ ਜਿਹੜਾ ਚਲਾਣ ਦਿੱਤਾ ਗਿਆ ਸੀ ਉਹ December 22 'ਚ ਇਹਦੀ ਪਹਿਲੀ ਵਾਈਫ ਦੀ ਡੈਥ ਹੋਈ ਸੀ। ਫੋਰ ਦੈਟ ਰੀਜ਼ਨ ਇਹ ਸਸਪੈਕਟ ਕਰਦੇ ਆ ਵੀ ਸਾਨੂੰ ਉਹਨਾਂ ਤੋਂ ਪਹਿਲਾਂ ਧਮਕੀਆਂ ਆਉਂਦੀਆਂ ਸੀ, ਅਤੇ ਇਹ ਉਹਨਾਂ 'ਤੇ ਇਹਨਾਂ ਨੇ ਐਲੀਗੇਸ਼ਨ ਲਾਏ ਨੇ ਵੀ ਇਹ ਕਹਿੰਦੇ ਸਾਡੇ ਹਿਸਾਬ ਨਾਲ ਉਹਨਾਂ ਨੇ ਕੀਤਾ। ਅਸੀਂ ਇਨਵੈਸਟੀਗੇਸ਼ਨ ਨੂੰ ਓਪਨ ਮਾਈਂਡ ਨਾਲ ਸਾਰੇ ਪੱਖਾਂ ਨੂੰ ਦੇਖ ਕੇ, ਵੀ ਆਰ ਇਨਵੈਸਟੀਗੇਟਿੰਗ, ਸਾਡੀਆਂ ਪ੍ਰੋਫੈਸ਼ਨਲ ਟੀਮਸ ਸਾਰੇ ਅਸੀਂ ਵਰਕਆਊਟ ਕਰ ਰਹੇ ਹਾਂ, ਅਤੇ ਇਹਨੂੰ ਛੇਤੀ ਟੈਸਟ ਕਰ ਵਿਹੜੇ 'ਚ ਆ ਕੇ ਗੱਡੀ ਗੁੱਡੀ ਪੁੱਛਣ ਦੇ ਬਹਾਨੇ ਆ ਕੇ ਉਹਨਾਂ ਨੇ ਮੁੜ ਕੇ ਹੌਲੀ ਹੌਲੀ ਅੰਦਰ ਲੈ ਗਿਆ, ਅਤੇ ਇੱਥੇ ਉਹਨਾਂ ਨੇ ਗੋਲੀ ਉਹਦੇ ਚਲਾ, ਉਹਨਾਂ ਦੇ ਚਿਹਰੇ ਆ ਜਿਹੜੇ ਫੇਸ ਆ ਬਹੁਤ ਕਲੀਅਰ ਆ, ਅਸੀਂ ਆਲ ਇਨਪੁੱਟਸ 'ਤੇ ਅਸੀਂ ਵਰਕਆਊਟ ਕਰ ਰਹੇ ਹਾਂ, ਅਤੇ ਅਸੀਂ ਇਹਨੂੰ ਛੇਤੀ ਟ੍ਰੇਸ ਕਰ ਰਹੇ ਹਾਂ। ਤਾਂ ਪੁਲਿਸ ਕਮਿਸ਼ਨਰ ਦਾ ਬਿਆਨ ਵੀ ਸਾਹਮਣੇ ਆ, ਉਹਨਾਂ ਦਾ ਇਹੀ ਕਹਿਣਾ ਕਿ ਮੁਲਜ਼ਮਾਂ ਦੀ ਭਾਲ ਲਗਾਤਾਰ ਕੀਤੀ ਜਾ ਰਹੀ ਹੈ ਅਤੇ ਜਲਦ ਗ੍ਰਿਫਤਾਰੀ ਦਾ ਵੀ ਦਾਅਵਾ ਕੀਤਾ ਜਾ ਰਿਹਾ। ਹਾਲਾਂਕਿ ਵੱਡਾ ਸਵਾਲ ਹੈ ਕਿ ਆਖਿਰਕਾਰ ਕਦੋਂ ਇਹ ਦੋ ਬਦਮਾਸ਼, ਦੋ ਮੁਲਜ਼ਮ ਜਿਹੜੇ ਕਿ ਪੁਲਿਸ ਦੇ ਸ਼ਿਕੰਜੇ ਦੇ ਵਿੱਚ ਆਉਣਗੇ, ਜਿਨ੍ਹਾਂ ਦੇ ਵੱਲੋਂ ਸਿੱਧੇ ਤੌਰ 'ਤੇ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ, ਕਿਸ ਤਰੀਕੇ ਦੇ ਨਾਲ ਬੇਖੌਫ ਹੋ ਕੇ NRI ਦੇ ਘਰ ਦੇ ਵਿੱਚ ਦਾਖਲ ਹੁੰਦੇ ਨੇ, ਪਰਿਵਾਰ ਹੱਥ ਜੋੜਦਾ ਰਿਹਾ, ਪਰ ਇਹਨਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। NRI 'ਤੇ ਗੋਲੀਆਂ ਚਲਾਈਆਂ ਗਈਆਂ ਅਤੇ ਮੌਕੇ ਤੋਂ ਆਖਿਰਕਾਰ ਫਰਾਰ ਹੋ ਜਾਂਦੇ ਨੇ। ਪਿੰਡ ਦਬੁਰਜੀ, ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੀ ਦਰਅਸਲ ਇਹ ਪੂਰੀ ਵਾਰਦਾਤ ਹੈ, ਅਤੇ ਘਰ ਦੇ ਵਿੱਚ ਲੱਗੇ CCTV ਦੇ ਵਿੱਚ ਇਹ ਪੂਰੀ ਵਾਰਦਾਤ ਕੈਦ ਹੋਈ ਹੈ, ਅਤੇ ਆਪਣੇ ਆਪ ਦੇ ਵਿੱਚ ਇਸ ਵਾਰਦਾਤ ਨੂੰ ਲੈ ਕੇ ਹੁਣ ਸਿੱਧੇ ਤੌਰ 'ਤੇ ਕਈ ਤਰ੍ਹਾਂ ਦੇ ਸਵਾਲ ਵੀ ਖੜ੍ਹੇ ਹੋ ਰਹੇ ਨੇ। ਅਤੇ ਵੱਡਾ ਸਵਾਲ ਹੈ ਕਿ ਆਖਿਰਕਾਰ ਇਹ ਦੋ ਬਦਮਾਸ਼, ਦੋ ਮੁਲਜ਼ਮ ਕਦੋਂ ਪੁਲਿਸ ਦੀ ਗ੍ਰਿਫਤ ਵਿੱਚ ਆਉਣਗੇ। ਅਤੇ ਸਭ ਤੋਂ ਵੱਡਾ ਸਵਾਲ ਹੈ ਕਿ 8 ਘੰਟੇ ਹੋ ਚੁੱਕੇ ਨੇ ਪੂਰੀ ਵਾਰਦਾਤ ਨੂੰ, 8 ਘੰਟੇ ਦੇ ਬਾਅਦ ਵੀ ਅਜੇ ਤੱਕ ਪੁਲਿਸ ਦੇ ਹੱਥ ਖਾਲੀ ਨੇ, 8 ਘੰਟੇ ਬਾਅਦ ਵੀ ਅਜੇ ਤੱਕ ਮੁਲਜ਼ਮਾਂ ਤੱਕ ਪੁਲਿਸ ਨਹੀਂ ਪਹੁੰਚ ਸਕੀ। ਸਿੱਧੇ ਤੌਰ 'ਤੇ ਵੱਡਾ ਸਵਾਲ ਬਣਦਾ ਹੈ, ਕਿਉਂਕਿ CCTV ਤਸਵੀਰਾਂ ਜੋ ਆਪਣੇ ਆਪ ਦੇ ਵਿੱਚ ਅਸੀਂ ਤੁਹਾਨੂੰ ਵਿਖਾ ਰਹੇ ਹਾਂ, ਜਿਹੜੇ ਵੀ ਦਰਸ਼ਕ ਇਸ ਵੇਲੇ ਘਰ ਬੈਠੇ ਵੇਖ ਰਹੇ ਹੋਣਗੇ, ਉਹ ਵੀ ਜ਼ਰੂਰ ਬਿਲਕੁਲ ਖੌਫ ਦੇ ਵਿੱਚ ਹੋਣਗੇ, ਦਹਿਸ਼ਤ ਦੇ ਵਿੱਚ ਹੋਣਗੇ। ਕਿਸ ਤਰੀਕੇ ਦੇ ਨਾਲ ਸਿੱਧੇ ਤੌਰ 'ਤੇ ਮੁਲਜ਼ਮਾਂ ਦੇ ਵੱਲੋਂ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਈਆਂ ਜਾਂਦੀਆਂ ਨੇ, ਕਿਸ ਤਰੀਕੇ ਦੇ ਨਾਲ ਬੇਖੌਫ ਹੋ ਕੇ ਇਸ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ, ਕਿਸ ਤਰੀਕੇ ਦੇ ਨਾਲ ਘਰ ਦੇ ਵਿੱਚ ਦਾਖਲ ਹੋ ਕੇ, ਘਰ ਦੇ ਵਿੱਚ ਵੜ ਕੇ NRI ਨੂੰ ਨਿਸ਼ਾਨਾ ਬਣਾਇਆ ਜਾਂਦਾ। ਸਭ ਤੋਂ ਵੱਡਾ ਸਵਾਲ ਇਹ ਵੀ ਹੈ ਕਿ ਕੀ ਅਸੀਂ ਘਰ ਦੇ ਵਿੱਚ ਬੈਠੇ ਹੋਏ ਵੀ ਸੁਰੱਖਿਅਤ ਨਹੀਂ ਹਾਂ, ਘਰ ਦੇ ਵਿੱਚ ਬੈਠੇ ਹੋਏ ਵੀ ਮਹਿਫੂਜ਼ ਨਹੀਂ ਹਾਂ। ਇਹ ਆਪਣੇ ਆਪ ਦੇ ਵਿੱਚ ਤਸਵੀਰਾਂ ਖੁਦ ਬਖੁਦ ਬਿਆਨ ਕਰ ਰਹੀਆਂ ਨੇ। ਹਾਲਾਂਕਿ ਇਹਨਾਂ ਤਸਵੀਰਾਂ ਨੂੰ ਜ਼ਿਆਦਾ ਕੁਝ ਬਿਆਨ ਕਰਨ ਦੀ ਵੀ ਲੋੜ ਨਹੀਂ ਹੈ, ਸ਼ਬਦਾਂ ਦੀ ਵੀ ਜ਼ਰੂਰਤ ਨਹੀਂ ਹੈ। ਜਿਸ ਤਰੀਕੇ ਦੇ ਨਾਲ ਇਹ ਸਾਰਾ ਕੁਝ, ਇਹ ਪੂਰੀ ਖੂਨੀ ਵਾਰਦਾਤ CCTV ਦੇ ਵਿੱਚ ਕੈਦ ਹੋਈ ਹੈ, ਕਿਸ ਤਰੀਕੇ ਦੇ ਨਾਲ ਦੋ ਬਦਮਾਸ਼ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਉਂਦੇ ਨੇ, ਘਰ ਦੇ ਵਿੱਚ ਦਾਖਲ ਹੁੰਦੇ ਨੇ, ਆਸਾਨੀ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ NRI 'ਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ। ਪਰ 8 ਘੰਟੇ ਬੀਤ ਚੁੱਕੇ ਨੇ, 8 ਘੰਟੇ ਬੀਤਣ ਦੇ ਬਾਵਜੂਦ ਵੀ ਪੁਲਿਸ ਦੇ ਹੱਥ ਖਾਲੀ ਨੇ। ਪੁਲਿਸ ਕਮਿਸ਼ਨਰ ਦਾ ਬਿਆਨ ਆ ਚੁੱਕਾ, DGP ਦਾ ਬਿਆਨ ਆ ਚੁੱਕਾ, DGP ਦੇ ਵੱਲੋਂ ਸਖ਼ਤ ਨੋਟਿਸ ਵੀ ਲਿਆ ਗਿਆ,
ਜਿਹੜੇ ਜਲਦ ਤੋਂ ਜਲਦ ਇਹਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਦੇ ਆਦੇਸ਼ ਵੀ ਦਿੱਤੇ ਗਏ ਨੇ, ਪਰ ਇਹ ਸਭ ਕੁਝ ਹੋਣ ਦੇ ਬਾਵਜੂਦ ਅਜੇ ਤੱਕ ਇਹ ਵੱਡਾ ਸਵਾਲ ਹੈ ਕਿ ਜਿਹੜੇ ਦੋ ਮੁਲਜ਼ਮਾਂ ਦੇ ਵੱਲੋਂ ਕਾਨੂੰਨ ਨੂੰ ਹੱਥ ਵਿੱਚ ਲਿਆ ਗਿਆ, ਕਾਨੂੰਨ ਨੂੰ ਟਿੱਚ ਜਾਣਿਆ ਗਿਆ, ਸਿੱਧੇ ਤੌਰ 'ਤੇ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉੜਾਈਆਂ ਗਈਆਂ, ਘਰ ਦੇ ਵਿੱਚ ਆਸਾਨੀ ਦੇ ਨਾਲ ਬੇਖੌਫ ਹੋ ਕੇ ਦਾਖਲ ਹੁੰਦੇ ਨੇ, ਆਸਾਨੀ ਦੇ ਨਾਲ NRI 'ਤੇ ਗੋਲੀਆਂ ਚਲਾ ਕੇ ਮੌਕੇ ਤੋਂ ਫਰਾਰ ਹੋ ਜਾਂਦੇ ਨੇ, ਭਈ ਆਖਿਰਕਾਰ ਕਦੋਂ ਕਾਨੂੰਨ ਵਿਵਸਥਾ ਦੀਆਂ ਧੱਜੀਆਂ ਉਡਾਉਣ ਵਾਲੇ ਇਹ ਦੋ ਮੁਲਜ਼ਮ ਬਦਮਾਸ਼ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ, ਸਭ ਤੋਂ ਵੱਡਾ ਸਵਾਲ ਹੈ, ਕਿਉਂਕਿ 8 ਘੰਟੇ ਬੀਤ ਚੁੱਕੇ ਨੇ। ਪਰਿਵਾਰ ਦੇ ਵੱਲੋਂ ਵੀ ਸਖ਼ਤ ਕਾਰਵਾਈ ਦੀ, ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ, ਕਿਉਂਕਿ ਜੋ CCTV ਦੇ ਵਿੱਚ ਬਿਆਨ ਹੋ ਰਿਹਾ ਹੈ, ਆਪਣੇ ਆਪ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਇਹ ਤਾਂ ਸਾਫ਼ ਤੌਰ 'ਤੇ ਨਜ਼ਰ ਆ ਰਿਹਾ, ਜਿਵੇਂ ਕਿ ਪਰਿਵਾਰ ਦੇ ਵੱਲੋਂ ਵੀ ਕਿਹਾ ਗਿਆ, ਨਰਈ ਦੇ ਛੋਟੇ ਜਿਹੜੇ ਕਿ ਬੇਟੇ ਵੱਲੋਂ ਵੀ ਕਿਹਾ ਗਿਆ ਕਿ ਸਿਰਫ਼ ਉਹਨਾਂ ਦਾ ਟਾਰਗੇਟ NRI ਸੁਖਚੈਨ ਸਿੰਘ ਸੀਗਾ, ਬਾਕੀ ਪਰਿਵਾਰਕ ਮੈਂਬਰ ਉਸਦੇ ਟਾਰਗੇਟ ਨਹੀਂ ਸਨ। ਬਾਕੀ ਪਰਿਵਾਰਕ ਮੈਂਬਰਾਂ ਦੇ ਵੱਲੋਂ ਹੱਥ ਜੋੜੇ ਜਾਂਦੇ ਨੇ, ਵਾਸਤੇ ਪਾਏ ਜਾਂਦੇ ਨੇ ਕਿ ਬਖਸ਼ ਦਿਓ, ਪਰ ਫਿਰ ਵੀ ਇਹ ਦੋ ਮੁਲਜ਼ਮਾਂ ਦੇ ਵੱਲੋਂ NRI 'ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਅਤੇ ਆਸਾਨੀ ਦੇ ਨਾਲ ਪੂਰੀ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਜਾਂਦੇ ਨੇ। 8 ਘੰਟੇ ਬੀਤਣ ਦੇ ਬਾਵਜੂਦ ਅਜੇ ਵੀ ਪੁਲਿਸ ਦੇ ਹੱਥ ਖਾਲੀ ਨੇ। ਵੱਡਾ ਸਵਾਲ ਹੈ ਕਿ ਆਖਿਰਕਾਰ ਇਹ ਦੋ ਬਦਮਾਸ਼, ਦੋ ਮੁਲਜ਼ਮ ਕਦੋਂ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ, ਇਸ ਨੂੰ ਲੈ ਕੇ ਸਿਆਸਤ ਵੀ ਭਖਦੀ ਹੋਈ ਨਜ਼ਰ ਆ ਰਹੀ ਹੈ। ਵੱਖ ਵੱਖ ਸਿਆਸੀ ਧਿਰਾਂ ਦੇ ਵੱਲੋਂ ਸਿੱਧੇ ਤੌਰ 'ਤੇ ਕਾਨੂੰਨ ਵਿਵਸਥਾ ਨੂੰ ਲੈ ਕੇ, ਇਸ ਪੂਰੀ ਵਾਰਦਾਤ ਨੂੰ ਲੈ ਕੇ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਗਿਆ। ਘਟਨਾਵਾਂ ਹੋ ਰਹੀਆਂ, ਕਦੀ ਕਿਸੇ ਦਾ ਕਤਲ, ਕਦੀ ਕਿਸੇ ਦਾ ਕਤਲ। ਅੰਮ੍ਰਿਤਸਰ 'ਚ ਜਿਸ ਤਰ੍ਹਾਂ ਇੱਕ NRI ਨੂੰ ਗੋਲੀਆਂ ਮਾਰੀਆਂ ਗਈਆਂ, ਸਥਾਨ ਅਲੱਗ ਅਲੱਗ ਥਾਵਾਂ ਦੇ ਉੱਤੇ ਘਟਨਾਵਾਂ ਹੋ ਰਹੀਆਂ। ਅੱਜ ਪੰਜਾਬ ਦਾ ਲਾਅ ਐਂਡ ਆਰਡਰ ਸਭ ਨਾਲ ਬੁਰੇ ਦੌਰ 'ਚੋਂ ਗੁਜ਼ਰ ਰਿਹਾ, ਔਰ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਲਾਅ ਐਂਡ ਆਰਡਰ ਮੇਨਟੇਨ ਕਰਨ ਦੀ ਬਜਾਏ ਪੂਰਾ ਲਾਅ ਐਂਡ ਆਰਡਰ ਚਰਮਰਾ ਦਿੱਤਾ ਹੈ। ਲੋਕਾਂ 'ਚ ਭੇਦ ਦਾ ਵਾਤਾਵਰਨ ਹੈ, ਅਤੇ ਮੈਂ ਬੇਨਤੀ ਕਰਾਂਗਾ ਭਗਵੰਤ ਮਾਨ ਸਾਹਿਬ ਨੂੰ ਕਿ ਪੋਲੀਟੀਕਲ ਟੂਰਿਜ਼ਮ ਛੱਡੋ, ਪੰਜਾਬ ਦੇ ਲਾਅ ਐਂਡ ਆਰਡਰ 'ਤੇ ਧਿਆਨ ਰੱਖੋ। ਇਸ ਤਰ੍ਹਾਂ ਗੁੰਡੇ ਦੰਦ ਦਨਾ ਰਹੇ ਹੈ, ਲੁੱਟਾਂ ਖੋਹਾਂ ਹੋ ਰਹੀਆਂ, ਚੋਰੀਆਂ ਡਕੈਤੀਆਂ ਹੋ ਰਹੀਆਂ। ਅੱਜ ਅੰਮ੍ਰਿਤਸਰ ਦੇ ਵਿੱਚ ਜਿਸ ਤਰੀਕੇ ਦੇ ਨਾਲ ਅੱਜ NRI ਦੇ ਉੱਪਰ ਹਮਲਾ ਹੋਇਆ, ਔਰ NRI ਦੇ ਬੱਚੇ ਕਿਸ ਤਰ੍ਹਾਂ ਕੁਰਲਾ ਰਹੇ ਸੀ, ਕਿਸ ਤਰ੍ਹਾਂ ਰੋ ਰਹੇ ਸੀ, ਲੇਕਿਨ ਇਹਨਾਂ ਨੂੰ, ਜ਼ਾਲਮਾਂ ਨੂੰ ਕੋਈ ਤਰਸ ਨਹੀਂ ਆਇਆ। ਔਰ ਭਗਵੰਤ ਮਾਨ ਦੀ ਸਰਕਾਰ ਗੂੰਗੀ ਬੋਲੀ ਬਣ ਕੇ ਬੈਠੀ ਹੋਈ ਹੈ। ਭਗਵੰਤ ਮਾਨ ਬਾਹਰ ਜਾ ਕੇ ਦਾਅਵਾ ਕਰ ਰਿਹਾ ਹੈ ਕਿ ਪੰਜਾਬ ਦੇ ਵਿੱਚ ਲਾਅ ਐਂਡ ਆਰਡਰ ਬੜਾ ਕੰਟਰੋਲ 'ਚ ਕਰ ਰਿਹਾ ਹੈ, ਪੰਜਾਬ 'ਚ ਅਮਨ ਸ਼ਾਂਤੀ ਹੈ। ਅਸਲ 'ਚ ਪੰਜਾਬ ਦੇ ਵਿੱਚ ਅੱਜ ਅਮਨ ਸ਼ਾਂਤੀ ਨਹੀਂ, ਪੰਜਾਬ ਕੁਰਲਾ ਰਿਹਾ ਹੈ, ਪੰਜਾਬ ਰੋ ਰਿਹਾ ਹੈ, ਔਰ ਭਗਵੰਤ ਮਾਨ ਨੂੰ ਅਸਤੀਫਾ ਦੇਣਾ ਚਾਹੀਦਾ। ਜਿਸ ਤਰੀਕੇ ਦੇ ਨਾਲ ਕਾਤਲਾਨਾ ਹਮਲਾ ਘਰ ਦੇ ਵਿੱਚ ਵੜ ਕੇ ਕੀਤਾ ਗਿਆ, ਉਹ ਪੰਜਾਬ ਦੀ ਮੂੰਹ ਬੋਲ ਦੀ ਤਸਵੀਰ ਹੈ। ਮਾਂ ਹਾੜੇ ਕੱਢਦੀ ਰਹੀ, ਇੱਕ ਛੋਟਾ ਬੱਚਾ ਉਹਨਾਂ ਦੇ ਸਾਹਮਣੇ ਹੱਥ ਜੋੜਦਾ ਰਿਹਾ, ਪਰ ਉਹ ਹਮਲਾਵਰਾਂ ਨੇ ਇੱਕ ਨਹੀਂ ਸੁਣੀ, ਗੰਭੀਰ ਰੂਪ ਦੇ ਵਿੱਚ ਉਹਨੂੰ ਜ਼ਖਮੀ ਕੀਤਾ NRI ਨੂੰ, ਅਤੇ ਉਹ ਵਿਚਾਰੇ ਜ਼ਿੰਦਗੀ ਅਤੇ ਮੌਤ ਦੀ ਲੜਾਈ ਹਸਪਤਾਲ ਦੇ ਵਿੱਚ ਲੜ ਰਹੇ। ਮੁੱਖ ਮੰਤਰੀ ਸਾਹਿਬ, ਅੱਜ ਪੰਜਾਬ ਦੇ ਹਾਲਾਤਾਂ ਲਈ ਜ਼ਿੰਮੇਵਾਰ ਕੌਣ ਹੈ? ਕਿਉਂਕਿ ਬੜੀ ਮੁਸ਼ਕਿਲ ਦੇ ਨਾਲ ਪੰਜਾਬ ਦੇ ਬਾਗਾਂ ਦੇ ਵਿੱਚ ਕੋਇਲਾਂ ਗਾਉਣ ਲੱਗੀਆਂ ਸੀ, ਉਰੇ ਹਥਿਆਰਾਂ ਦੇ ਖੜਾਕ ਬੰਦ ਹੋਏ ਸੀ। ਤੁਹਾਡੀ ਸਰਕਾਰ ਦੀ ਮਾੜੀ ਕਾਰਗੁਜ਼ਾਰੀ ਨੇ 80 ਦਾ ਦਹਾਕਾ ਦੁਬਾਰਾ ਯਾਦ ਕਰਾ ਦਿੱਤਾ। ਨਹੀਂ, ਅਸੀਂ ਮੈਂ ਬੜੀਆਂ ਸਖ਼ਤ ਹਦਾਇਤਾਂ ਕੀਤੀਆਂ, ਹੁਣੇ ਮਿਲੇ ਅੰਮ੍ਰਿਤਸਰ CP ਦੇ ਨਾਲ ਵੀ, SSP ਸਾਹਿਬ ਨਾਲ ਵੀ ਗੱਲ ਹੋਈ ਹੈ। ਕੱਲ੍ਹ ਲੁਧਿਆਣੇ ਦੇ ਵਿੱਚ ਵੀ ਇੱਕ NRI ਪਲਾਟ ਦੇ ਉੱਤੇ ਗੋਲੀ ਜਿਹੜੀ ਚੱਲੀ, ਅਤੇ ਕੱਲ੍ਹ ਵੀ CP ਲੁਧਿਆਣਾ ਨੇ ਉਸੇ ਵੇਲੇ ਇਨਵੈਸਟੀਗੇਟ ਕੀਤਾ, ਬੰਦਿਆਂ 'ਤੇ ਪਰਚਾ ਵੀ ਕਰਤਾ। ਉਦੋਂ ਪਤਾ ਲੱਗਾ ਕਿ ਦੋ ਭੈਣਾਂ ਦਾ ਆਪਸੀ ਜਾਇਦਾਦ ਦਾ ਮਾਮਲਾ ਸੀ।
ਹੁਣ ਵੀ ਮੈਂ ਪੁਲਿਸ ਪਤਾ ਕਰ ਰਹੀ ਹਾਂ ਕਿ ਇਹਨਾਂ ਦਾ ਆਪਸੀ ਨਿੱਜੀ ਕੋਈ ਪ੍ਰੋਪਰਟੀ ਦਾ ਕੁਛ ਨਿੱਜੀ ਰੰਜਿਸ਼ ਤਾਂ ਨਹੀਂ ਸੀ। ਅਸੀਂ ਉਹਦੇ ਖਿਲਾਫ਼ ਜਿਨ੍ਹਾਂ ਨੇ ਵੀ ਗੋਲੀ ਚਲਾਈ ਹੈ ਸਖ਼ਤ ਕਾਰਵਾਈ ਕਰਾਂਗੇ, ਔਰ ਜਿਹੜਾ ਬੰਦਾ ਜ਼ਖਮੀ ਹੋਇਆ ਉਹਦਾ ਇਲਾਜ ਵੀ ਜਿਹੜਾ ਅਸੀਂ ਕਰ ਰਹੇ ਹਾਂ। ਸੋ ਮੈਂ ਕਹਿਣਾ ਚਾਹੁੰਦਾ ਕਿ ਜਿਹੜਾ ਵੀ ਬੰਦਾ ਲਾਅ ਐਂਡ ਆਰਡਰ ਖਿਲਾਫ਼ ਕਰੂਗਾ ਪੰਜਾਬ ਦੇ ਵਿੱਚ, ਸਰਦਾਰ ਭਗਵੰਤ ਸਿੰਘ ਮਾਨ ਦੀ ਸਰਕਾਰ ਉਹਦੇ ਖਿਲਾਫ਼ ਜਿਹੜੀ ਸਖ਼ਤ ਕਾਰਵਾਈ ਕਰੂਗੀ। ਔਰ ਤਾਂ ਸਿੱਧਾ ਰੁੱਖ ਕਰਾਂਗੇ ਅੰਮ੍ਰਿਤਸਰ ਦਾ, ਸਾਡੇ ਸਹਿਯੋਗੀ ਨਿਤੀ ਸੱਭਰੀਵਾਲ ਅੰਮ੍ਰਿਤਸਰ ਤੋਂ ਜੁੜ ਚੁੱਕੇ ਨੇ, ਹੋਸਪਿਟਲ ਦੇ ਬਾਹਰ ਮੌਜੂਦ ਨੇ ਜੋ ਕਿ ਇਸੇ ਹਸਪਤਾਲ ਦੇ ਵਿੱਚ ਜਿੱਥੇ ਕੇਂਦਰੀ ਸੁਖਚੈਨ ਦਾ ਫਿਲਹਾਲ ਇਲਾਜ ਚੱਲ ਰਿਹਾ। ਨਿਤੀ, ਸਭ ਤੋਂ ਵੱਡਾ ਸਵਾਲ ਹੈ ਕਿ 8 ਘੰਟੇ ਬੀਤ ਚੁੱਕੇ ਨੇ, ਅਜੇ ਵੀ ਇਹ ਦੋ ਬਦਮਾਸ਼, ਦੋ ਮੁਲਜ਼ਮ ਜਿਨ੍ਹਾਂ ਦੇ ਵੱਲੋਂ ਬੇਖੌਫ ਹੋ ਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ, ਅਜੇ ਤੱਕ ਵੀ ਪੁਲਿਸ ਦੇ ਹੱਥ ਖਾਲੀ ਨੇ। ਹਾਲਾਂਕਿ ਲਗਾਤਾਰ ਜ਼ਰੂਰ ਉਹਨਾਂ ਦੀ ਗ੍ਰਿਫਤਾਰੀ ਦੇ ਦਾਅਵੇ ਕੀਤੇ ਜਾ ਰਹੇ ਨੇ, ਪਰ ਨਾਲ ਇਹ ਵੀ ਜੋ ਜਾਣਕਾਰੀ ਲੈਣਾ ਚਾਹਾਂਗੇ ਕਿ ਫਿਲਹਾਲ ਹਾਲਤ ਕਿਸ ਤਰ੍ਹਾਂ ਦੀ ਦੱਸੀ ਜਾ ਰਹੀ ਹੈ NRI ਸੁਖਚੈਨ ਸਿੰਘ ਦੀ। ਜੀ ਬਿਲਕੁਲ, ਤੁਹਾਡੀ ਗੱਲ ਸਹਿਮਤ ਹਾਂ ਕਿ ਹੁਣ ਤੱਕ 7-8 ਘੰਟੇ ਹੋ ਚੁੱਕੇ ਨੇ ਇਹ ਜੋ ਵਾਰਦਾਤ ਨੇ, ਜਿਸ ਤਰ੍ਹਾਂ ਬੇਖੌਫ ਹੋ ਕੇ ਨਕਾਬ ਤੋਂ ਬਿਨਾਂ ਹੀ ਉਹ ਹਮਲਾਵਰ ਘਰ ਦੇ ਵਿੱਚ ਐਂਟਰ ਹੁੰਦੇ ਨੇ, ਔਰ ਉਸ ਤੋਂ ਬਾਅਦ ਸੁਖਚੈਨ ਸਿੰਘ ਦੇ ਨਾਲ ਜਿਸ ਤਰ੍ਹਾਂ ਪਹਿਲਾਂ RC ਦੀ ਗੱਲ ਕੀਤੀ ਜਾਂਦੀ ਹੈ ਗੱਡੀ ਦੀ, ਉਸ ਤੋਂ ਬਾਅਦ ਉਹਨਾਂ ਦੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ, ਜਿਸ ਤੋਂ ਬਾਅਦ ਉਹਨਾਂ ਨੂੰ ਜ਼ਖਮੀ ਹਾਲਾਤਾਂ ਦੇ ਵਿੱਚ ਪਰਿਵਾਰ ਹਸਪਤਾਲ ਵਿਖੇ ਲੈ ਕੇ ਪਹੁੰਚਦਾ ਇਲਾਜ ਦੇ ਲਈ। ਹਾਲਾਂਕਿ ਹੁਣ ਤੱਕ ਫਿਲਹਾਲ ਜੋ ਕਿ ਜਾਣਕਾਰੀ ਮਿਲੀ ਹੈ ਕਿ 3 ਬੰਦੇ ਸੀਗੇ, ਪਰ ਹਜੇ ਤੱਕ ਵੀ 1 ਬੰਦੇ ਦਾ ਵੀ ਉਹਨਾਂ 'ਚੋਂ ਸੁਰਾਗ ਨਹੀਂ ਮਿਲਿਆ। ਪੁਲਿਸ ਨੂੰ ਕੋਈ ਇੰਨੀ ਜਾਣਕਾਰੀ ਨਹੀਂ ਮਿਲੀ ਕਿ ਉਹ ਕਿੱਥੋਂ ਦੇ ਸੀ, ਕਿੱਧਰਾਂ ਆਏ, ਔਰ ਫਿਲਹਾਲ ਹਜੇ ਸਾਰਾ ਮਾਮਲਾ ਜੋ ਹੈ ਜਾਂਚ ਦਾ ਵਿਸ਼ਾ ਦੱਸਿਆ ਜਾ ਰਿਹਾ। ਪਰ ਉੱਥੇ ਹੀ ਜੇ ਗੱਲ ਕਰੀਏ, ਇਸ ਵਕਤ ਅਸੀਂ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਵਿਖੇ ਪਹੁੰਚੇ ਹੋਏ ਹਾਂ, ਜਿੱਥੇ ਪਰਿਵਾਰ ਇੱਥੇ ਸੁਖਚੈਨ ਸਿੰਘ ਹੋਣਾ ਦਾ ਪਹੁੰਚਿਆ ਹੋਇਆ, ਨਾਲ ਉਹਨਾਂ ਦੇ ਨਿੱਜੀ ਕਰੀਬੀ ਹੋਰ ਜੋ ਰਿਸ਼ਤੇਦਾਰ ਨੇ ਇੱਥੇ ਆਏ ਹੋਏ ਨੇ। ਪਰ ਹਜੇ ਤੱਕ ਜੋ ਜਾਣਕਾਰੀ ਮਿਲੀ ਹੈ ਕਿ ਸਵੇਰ ਤੱਕ ਡਾਕਟਰਾਂ ਦਾ ਪਹਿਲਾਂ MRI ਉਹਨਾਂ ਦੀ ਹੋਣੀ ਸੀਗੀ, ਔਰ MRI ਹੁਣ ਹੋ ਚੁੱਕੀ ਹੈ ਉਹਨਾਂ ਦੀ, ਪਰ ਫਿਲਹਾਲ ਪਰਿਵਾਰ ਦਾ ਕਹਿਣਾ ਕਿ ਹਾਲਤ ਜਦੋਂ ਡਾਕਟਰ ਕਹਿੰਦੇ ਕਿ ਉਹਨਾਂ ਦੀ ਸਥਿਰ ਹੋਵੇਗੀ ਥੋੜ੍ਹੀ, ਉਹ ਸੰਭਲਣਗੇ, ਤਾਂ ਫਿਰ ਉਸ ਤੋਂ ਬਾਅਦ ਓਪਰੇਸ਼ਨ ਕੀਤਾ ਜਾਵੇਗਾ। ਉਸ ਤੋਂ ਬਾਅਦ ਹਾਲਾਂਕਿ ਹਜੇ ਤੱਕ ਉਹਨਾਂ ਨੂੰ ਇਹ ਨਹੀਂ ਦੱਸਿਆ ਗਿਆ ਕਿ ਓਪਰੇਸ਼ਨ ਅੱਜ ਹੁੰਦਾ ਜਾਂ ਕੱਲ੍ਹ ਹੁੰਦਾ ਜਾਂ ਕਦ ਹੁੰਦਾ, ਪਰ ਡਾਕਟਰਾਂ ਦਾ ਉਹਨਾਂ ਤੋਂ ਫਿਲਹਾਲ ਪਰਿਵਾਰ ਨੂੰ ਇਹ ਕਹਿਣਾ ਕਿ ਜਦ ਤੱਕ ਉਹਨਾਂ ਦੀ ਸਥਿਤੀ ਥੋੜ੍ਹੀ ਸਥਿਰ ਨਹੀਂ ਹੁੰਦੀ, ਥੋੜ੍ਹਾ ਸਟੇਬਲ ਨਹੀਂ ਹੋ ਜਾਂਦੇ, ਉਦੋਂ ਤੱਕ ਅਸੀਂ ਓਪਰੇਟ ਨਹੀਂ ਕਰਾਂਗੇ। ਪਰ ਫਿਲਹਾਲ ਅੰਮ੍ਰਿਤਸਰ ਵਿਖੇ ਅਮਨਦੀਪ ਹਸਪਤਾਲ ਵਿਖੇ ਕੈਬਨਿਟ ਮੰਤਰੀ ਹਰਭਜਨ ਸਿੰਘ ETO ਵੀ ਪਰਿਵਾਰ ਨੂੰ ਮਿਲਣ ਪਹੁੰਚੇ ਹੋਏ ਨੇ, ਅੰਦਰ ਗਏ ਹੋਏ ਨੇ, ਪਰਿਵਾਰ ਦੇ ਜੀਆਂ ਦੇ ਨਾਲ ਦੁੱਖ ਸਾਂਝਾ ਕਰ ਰਹੇ ਨੇ। ਔਰ ਉੱਥੇ ਹੀ ਉਹਨਾਂ ਦੀ ਜੋ ਧਰਮਪਤਨੀ ਨੇ ਅਮਨਦੀਪ, ਉਹਨਾਂ ਨੇ ਅਮਨਦੀਪ ਹੋਣਾ ਨੇ ਵੀ ਇਹ ਕਿਹਾ ਕਿ ਹਜੇ ਪਰ ਡਾਕਟਰਾਂ ਦੇ ਜੋ ਸਹਿਮਤੀ ਹੈ, ਜੋ ਡਾਕਟਰ ਕਹਿਣਗੇ ਅਸੀਂ ਉਹਨਾਂ ਦੇ ਮੁਤਾਬਿਕ ਸਹਿਮਤੀ ਦੇ ਨਾਲ ਹੀ ਉਹਨਾਂ ਦੇ ਜੋ ਇਲਾਜ ਹੈਗਾ ਹੋਏਗਾ। ਪਰ ਫਿਲਹਾਲ ਉਹਨਾਂ ਦੀ MRI ਹੋ ਚੁੱਕੀ ਹੈ, ਅੱਗੇ ਓਪਰੇਸ਼ਨ ਕਦ ਹੁੰਦਾ ਇਸ ਬਾਰੇ ਉਹਨਾਂ ਨੂੰ ਬਾਬਤ ਜਾਣਕਾਰੀ ਨਹੀਂ ਮਿਲੀ। ਨਿਤਿਸ਼, ਕੀ ਹਾਲਤ ਖਤਰੇ ਤੋਂ ਬਾਹਰ ਹੈ? ਅਤੇ ਨਾਲ ਇਹ ਵੀ ਜ਼ਰੂਰ ਸਵਾਲ ਬਣਦਾ ਹੈ ਕਿ ਕੀ ਉਹਨਾਂ ਦੇ ਵੱਲੋਂ ਬਿਆਨ ਫਿਲਹਾਲ ਦਰਜ ਕਰਵਾਏ ਗਏ ਨੇ ਜਾਂ ਬਿਆਨ ਦਰਜ ਕਰਨ ਦੀ ਹਾਲਤ ਦੇ ਵਿੱਚ ਨੇ ਉਹ? ਜੀ ਬਿਲਕੁਲ, ਹਜੇ ਤੱਕ ਪਰਿਵਾਰ ਦੇ ਨਾਲ ਹੀ ਪੁਲਿਸ ਰਾਬਤਾ ਕਰ ਰਹੀ ਹੈ, ਮਰੀਜ਼ ਨੂੰ ਨਹੀਂ ਮਿਲੇ ਸੁਖਚੈਨ ਸਿੰਘ ਹੋਣਾ ਨਾਲ, ਹਜੇ ਬਿਆਨ ਕੋਈ ਦਰਜ ਨਹੀਂ ਕੀਤਾ ਗਿਆ, ਕਿਉਂਕਿ ਪੁਲਿਸ ਅਧਿਕਾਰੀ ਅੰਦਰ ਵੀ ਹਸਪਤਾਲ ਦੇ ਮੌਜੂਦ ਨੇ, ਪਰਿਵਾਰ ਨਾਲ ਹੀ ਗੱਲਾਂ ਸਾਂਝੀਆਂ ਕੀਤੀਆਂ ਜਾ ਰਹੀਆਂ ਨੇ, ਜੋ ਹੋਰ ਇਸ ਬਾਬਤ ਜਾਣਕਾਰੀ ਹੈ ਪਰਿਵਾਰ ਤੋਂ ਹੀ ਲਿੱਤੀ ਜਾ ਰਹੀ ਹੈ ਜਾਂ ਕਿਸ ਤਰ੍ਹਾਂ ਉਹ ਹਮਲਾਵਰ ਆਏ ਜਾਂ ਜੋ ਵੀ ਸਵੇਰੇ ਜੋ ਘਟਨਾਕ੍ਰਮ ਬਣਿਆ। ਪਰ ਫਿਲਹਾਲ ਹਜੇ ਤੱਕ ਜੋ ਪਰਿਵਾਰ ਹੈ ਉਹਨਾਂ ਨੂੰ ਵੀ ਸੁਖਚੈਨ ਸਿੰਘ ਹੋਣਾ ਨੂੰ ਮਿਲਣ ਲਈ ਨਹੀਂ ਅੰਦਰ ਜਾਣ ਦਿੱਤਾ ਜਾ ਰਿਹਾ, ਕਿਉਂਕਿ ਹਾਲਤ ਹਜੇ ਫਿਲਹਾਲ ਦੀ ਗੱਲ ਕਰੀਏ ਕੁਛ ਪ੍ਰਤੀਸ਼ਤ ਤੱਕ ਕਹਿ ਸਕਦੇ ਹਾਂ ਸਥਿਰ ਹੋਈ ਹੈ, ਪਰ ਹਜੇ ਪਰਿਵਾਰ ਨੂੰ ਅੰਦਰ ਮਿਲਣ ਲਈ ਨਹੀਂ ਦਿੱਤਾ ਗਿਆ, ਕਿਉਂਕਿ ਹੁਣ ਵੀ ਜਿਹੜੇ ਪਰਿਵਾਰਕ ਮੈਂਬਰ ਉਹਨਾਂ ਦੇ ਬਾਹਰ ਬੈਠੇ ਹੋਏ ਨੇ, ਬਜ਼ੁਰਗ, ਉਹਨਾਂ ਦੀ ਧਰਮ ਪਤਨੀ ਵੀ, ਅਮਨਦੀਪ ਕੌਰ ਵੀ, ਤਾਂ ਉਹਨਾਂ ਦਾ ਇਹ ਕਹਿਣਾ ਕਿ ਅਜੇ ਫਿਲਹਾਲ ਪਰਿਵਾਰ 'ਚ ਥੋੜ੍ਹਾ ਸਹਿਮ ਦਾ ਮਾਹੌਲ ਜ਼ਰੂਰ ਹੈ, ਕਿਉਂਕਿ ਘਰ ਦਾ ਜੀ ਹੈ ਜਿਸ ਹਿਸਾਬ ਨਾਲ ਉਹਨਾਂ 'ਤੇ ਤਾਬੜਤੋੜ ਗੋਲੀਆਂ ਨਾਲ ਹਮਲਾ ਕਰ ਦਿੱਤਾ ਗਿਆ, ਤਾਂ ਉਹ ਕਹਿ ਸਕਦੇ ਹਾਂ ਕਿ ਇੱਕ ਦੁੱਖ ਦੀ ਘੜੀ ਦੇ ਵਿੱਚ ਤਾਂ ਪਰਿਵਾਰ ਹਜੇ ਵੀ ਹੈ, ਇੱਕ ਆਸ ਉਮੀਦ ਤਾਂ ਵਾਹਿਗੁਰੂ ਤੋਂ ਲਾਈ ਬੈਠੇ ਨੇ ਕਿ ਉਹ ਜਲਦ ਤੋਂ ਜਲਦ ਠੀਕ ਹੋਣ, ਪਰ ਫਿਲਹਾਲ
ਹਜੇ ਉਹਨਾਂ ਦਾ ਓਪਰੇਸ਼ਨ ਜਦ ਹੋਏਗਾ ਉਸ ਤੋਂ ਬਾਅਦ ਹੀ ਕੁਝ ਸੁਖਦ ਕਹਿ ਸਕਦੇ ਹਾਂ ਚੀਜ਼ਾਂ ਅੱਗੇ ਆਉਣਗੀਆਂ। ਠੀਕ ਹੈ ਨਿਤਿਸ਼, ਫਿਲਹਾਲ ਦੀ ਪੂਰੀ ਜਾਣਕਾਰੀ ਲਈ ਬਹੁਤ ਬਹੁਤ ਧੰਨਵਾਦ। ਫਿਲਹਾਲ NRI ਸੁਖਚੈਨ ਜਿਸ ਨੂੰ ਕਿ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ, ਫਿਲਹਾਲ ਉਸਦਾ ਇਲਾਜ ਜਾਰੀ ਹੈ, ਫਿਲਹਾਲ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪਰ ਦੂਜੇ ਪਾਸੇ ਗੱਲ ਮੁਲਜ਼ਮਾਂ ਦੀ ਕੀਤੀ ਜਾਵੇ, ਜਿਹੜੇ ਦੋ ਮੁਲਜ਼ਮਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਅਜੇ ਤੱਕ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ। ਵੱਡਾ ਸਵਾਲ ਹੈ ਕਿ ਆਖਿਰਕਾਰ ਇਹਨਾਂ ਦੋ ਬਦਮਾਸ਼ਾਂ ਦੀ ਗ੍ਰਿਫਤਾਰੀ ਕਦੋਂ ਹੋਵੇਗੀ। जो पेशेंट आए थे हिस्ट्री ऑफ गनशॉट, एलिजिड हिस्ट्री ऑफ गनशॉट ये था कि घर पे बैठे थे, दो अनजान लोग आए और गोली चला के चले गए। तो हमारे पास जब आए थे तो फेस पे वुंड था और हैंड में, तो उनकी ब्लीडिंग बहुत हो रही थी नोज से भी, तो इसलिए प्रिवेंटिव तरीके से इंक्यूबेशन की गई, मतलब कि एयरवे सिक्योर किया गया और वेंटिलेटर मशीन पर डाला गया। पेशेंट कॉन्शियस है, नाक को पैक किया गया है ताकि ब्लीडिंग बहुत ज़्यादा ना हो, तो वैसे वाइटल्स अभी स्टेबल हैं, बाकी इन्वेस्टिगेशन स्कैन्स वगैरह सब चल रहे हैं ताकि कुछ अगर फॉरेन बॉडी अंदर है, कोई ट्रेस ऑफ बुलेट कुछ है तो उसके बारे में आगे क्या कार्रवाई करनी है की जाए। ਨਾਲੇ ਤੁਹਾਨੂੰ ਇਹ ਪੂਰੀ ਵਾਰਦਾਤ ਦੀਆਂ ਤਸਵੀਰਾਂ ਵਿਖਾ ਰਿਹਾ। ਦਰਅਸਲ ਅੰਮ੍ਰਿਤਸਰ ਦੇ ਪਿੰਡ ਦਬੁਰਜੀ ਦੀਆਂ ਇਹ ਤਸਵੀਰਾਂ ਨੇ, ਦਬੁਰਜੀ ਦੀ ਇਹ ਪੂਰੀ ਵਾਰਦਾਤ ਹੈ ਕਿ ਕਿਸ ਤਰੀਕੇ ਦੇ ਨਾਲ ਦੋ ਬਦਮਾਸ਼ ਜਿਹੜੇ ਕਿ ਮੋਟਰਸਾਈਕਲ 'ਤੇ ਸਵਾਰ ਹੋ ਕੇ ਆਉਂਦੇ ਨੇ, ਘਰ ਦੇ ਵਿੱਚ ਦਾਖਲ ਹੁੰਦੇ ਨੇ। ਬਾਕੀ ਪਰਿਵਾਰਕ ਮੈਂਬਰ NRI ਵੀ ਤਸਵੀਰਾਂ ਦੇ ਵਿੱਚ ਉੱਕ ਕੇ ਨਜ਼ਰ ਆ ਰਿਹਾ। ਬਾਕੀ ਪਰਿਵਾਰ ਦੇ ਵੱਲੋਂ ਕੇ ਵਾਸਤੇ ਪਾਏ ਜਾਂਦੇ ਨੇ, ਹੱਥ ਜੋੜੇ ਜਾਂਦੇ ਨੇ, ਜਾਂ ਪੰਜਾਬੀ 'ਚ ਕਹਿ ਲਿਆ ਜਾਵੇ ਕਿ ਹਾੜੇ ਕੱਢੇ ਜਾਂਦੇ ਨੇ। ਪਰ ਇਹਨਾਂ ਮੁਲਜ਼ਮਾਂ 'ਤੇ ਇਸਦਾ ਕੋਈ ਵੀ ਅਸਰ ਨਹੀਂ ਹੁੰਦਾ। ਬੇਖੌਫ ਹੋ ਕੇ ਇਹਨਾਂ ਦੇ ਵੱਲੋਂ NRI ਨੂੰ ਟਾਰਗੇਟ ਕੀਤਾ ਜਾਂਦਾ, ਨਿਸ਼ਾਨਾ ਬਣਾਇਆ ਜਾਂਦਾ, ਗੋਲੀਆਂ ਚਲਾਈਆਂ ਜਾਂਦੀਆਂ ਨੇ, ਦੋ ਗੋਲੀਆਂ NRI 'ਤੇ ਚਲਾ ਕੇ ਅਤੇ ਮੌਕੇ ਤੋਂ ਜੋ ਕੇ ਇਹ ਮੁਲਜ਼ਮ ਫਰਾਰ ਹੋ ਜਾਂਦੇ ਨੇ। ਅਤੇ ਫਿਲਹਾਲ NRI ਸੁਖਚੈਨ ਜਿਸ ਨੂੰ ਕਿ ਜ਼ਖਮੀ ਹਾਲਤ ਦੇ ਵਿੱਚ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ, ਉੱਥੇ ਉਸਦਾ ਇਲਾਜ ਚੱਲ ਰਿਹਾ, ਫਿਲਹਾਲ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਪਰ ਦੂਜੇ ਪਾਸੇ 8 ਘੰਟੇ ਇਸ ਪੂਰੀ ਵਾਰਦਾਤ ਨੂੰ ਬੀਤ ਚੁੱਕੇ ਨੇ, ਪਰ ਅਜੇ ਤੱਕ ਇਹਨਾਂ ਮੁਲਜ਼ਮਾਂ ਦਾ ਕੋਈ ਵੀ ਥਾਂ ਪਤਾ ਨਹੀਂ ਲੱਗਿਆ। ਅਜੇ ਤੱਕ ਪੁਲਿਸ ਇਹਨਾਂ ਮੁਲਜ਼ਮਾਂ ਤੱਕ ਨਹੀਂ ਪਹੁੰਚ ਸਕੀ, ਅਜੇ ਤੱਕ ਪੁਲਿਸ ਦੇ ਹੱਥ ਖਾਲੀ ਨੇ। ਅਤੇ ਹਰ ਕੋਈ ਇਹੀ ਸਵਾਲ ਕਰ ਰਿਹਾ ਕਿ ਆਖਿਰਕਾਰ ਜਿਹੜੇ ਬਦਮਾਸ਼ਾਂ ਦੇ ਵੱਲੋਂ ਬੇਖੌਫ ਹੋ ਕੇ ਘਰ ਦੇ ਵਿੱਚ ਵੜ ਕੇ ਦਾਖਲ ਹੋ ਕੇ ਇਹ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਆਖਿਰਕਾਰ ਇਹ ਬਦਮਾਸ਼ ਕਦੋਂ ਪੁਲਿਸ ਦੀ ਗ੍ਰਿਫਤ ਵਿੱਚ ਆਉਣਗੇ, ਇਹ ਸਵਾਲ ਪਰਿਵਾਰ ਵੀ ਕਰ ਰਿਹਾ ਅਤੇ ਇਹ ਸਵਾਲ ਆਮ ਜਨਤਾ, ਆਮ ਲੋਕ ਵੀ ਜਿਹੜੇ ਕਿ ਕਰ ਰਹੇ, ਜਿਹੜੇ ਕਿ ਘਰ ਦੇ ਵਿੱਚ ਬੈਠੇ ਹੋਏ ਇਹ ਤਸਵੀਰਾਂ ਵੇਖ ਰਹੇ ਨੇ, ਉਹ ਵੀ ਬਿਲਕੁਲ ਦਹਿਸ਼ਤ ਦੇ ਵਿੱਚ ਹੋਣਗੇ, ਕਿਉਂਕਿ ਤਸਵੀਰਾਂ ਹੀ ਅਜਿਹੀਆਂ ਜੋ ਕਿ ਕੈਮਰੇ ਦੇ ਵਿੱਚ ਕੈਦ ਹੋਈਆਂ ਨੇ ਕਿ ਕਿਸ ਤਰੀਕੇ ਦੇ ਨਾਲ ਬੇਖੌਫ ਹੋ ਕੇ ਇਹਨਾਂ ਬਦਮਾਸ਼ਾਂ ਦੇ ਵੱਲੋਂ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ। ਲਗਾਤਾਰ ਤੁਹਾਨੂੰ ਇਹ ਪੂਰੀ ਅਪਡੇਟ ਵੀ ਦੇ ਰਹੇ ਹਾਂ, ਜਿੱਥੇ ਕਿ ਪੁਲਿਸ ਦੇ ਵੱਲੋਂ ਹਾਲਾਂਕਿ ਸਖਤੀ ਵੀ ਵਰਤੀ ਜਾ ਰਹੀ ਹੈ। DGP ਗੌਰਵ ਯਾਦਵ ਦੇ ਵੱਲੋਂ ਜਿਹੜੇ ਕਿ ਸਖਤ ਤੋਂ ਸਖਤ ਕਾਰਵਾਈ ਦੇ ਨਿਰਦੇਸ਼ ਦਿੱਤੇ ਗਏ ਨੇ, ਆਰਡਰ ਕੀਤੇ ਗਏ ਨੇ ਕਿ ਜਲਦ ਤੋਂ ਜਲਦ ਇਹਨਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਹੋਵੇ, ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਜਾਵੇ। ਇਹ ਵੀ ਕਿਹਾ ਜਾ ਰਿਹਾ ਕਿ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇਗੀ, ਪਰ ਫਿਲਹਾਲ ਪੁਲਿਸ ਦੇ ਹੱਥ ਖਾਲੀ ਨੇ। ਵੱਡਾ ਸਵਾਲ ਹੈ ਕਿ ਆਖਿਰਕਾਰ ਕਦੋਂ ਤੱਕ ਇਹ ਬਦਮਾਸ਼, ਇਹ ਮੁਲਜ਼ਮ ਜਿਹੜੇ ਕਿ ਪੁਲਿਸ ਦੀ ਗ੍ਰਿਫਤ ਵਿੱਚ ਆਉਣਗੇ। ਸਾਡੇ ਨਾਲ ਆਮ ਆਦਮੀ ਪਾਰਟੀ ਦੇ ਆਗੂ ਬੱਬੀ ਬਾਦਲ ਜੁੜ ਚੁੱਕੇ ਨੇ। ਬੱਬੀ ਜੀ, ਤੁਹਾਡਾ ਸਵਾਗਤ ਹੈ ਨਿਊਜ਼ 18 ਪੰਜਾਬ 'ਤੇ। ਤਸਵੀਰਾਂ ਤੁਸੀਂ ਵੀ ਵੇਖੀਆਂ ਹੋਣਗੀਆਂ, ਅਸੀਂ ਵੀ ਲਗਾਤਾਰ ਦਰਸ਼ਕਾਂ ਨੂੰ ਵਿਖਾ ਰਹੇ ਹਾਂ, ਪਰ ਤਸਵੀਰਾਂ ਖੌਫ ਪੈਦਾ ਕਰਨ ਵਾਲੀਆਂ ਨੇ, ਦਹਿਸ਼ਤ ਪੈਦਾ ਕਰਨ ਵਾਲੀਆਂ ਨੇ। ਜਿਸ ਤਰੀਕੇ ਦੇ ਨਾਲ NRI ਦੇ ਘਰ ਦੇ ਵਿੱਚ ਦਾਖਲ ਹੋ ਕੇ ਪੂਰੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ, ਪਰ ਵੱਡਾ ਸਵਾਲ ਹੈ ਕਿ 8 ਘੰਟੇ ਬੀਤ ਚੁੱਕੇ ਨੇ, ਅਜੇ ਤੱਕ ਮੁਲਜ਼ਮਾਂ ਦਾ ਕੋਈ ਵੀ ਥਾਂ ਪਤਾ ਨਹੀਂ ਲੱਗਿਆ। ਪਰਮਿੰਦਰ ਜੀ, ਸਭ ਤੋਂ ਪਹਿਲਾਂ ਮੈਂ ਕਲੀਅਰ ਕਰ ਦਿਆਂ ਕਿ ਕਿਸੇ ਵੀ ਪੰਜਾਬੀ ਦੇ ਨਾਲ
ਜੇ ਕੋਈ ਇਸ ਤਰ੍ਹਾਂ ਦਾ ਹਿੰਸਕ ਕਾਰਵਾਈ ਹੁੰਦੀ ਹੈ ਤਾਂ ਉਹ ਨਿਸਨ ਦੇ ਚਿੰਤਾ ਦਾ ਵਿਸ਼ਾ ਹੈ, ਨਿਸਨ ਦੇ ਫਿਕਰਮੰਦੀ ਦਾ ਵਿਸ਼ਾ ਹੈ। ਲੇਕਿਨ ਮੈਂ ਇਹ ਵੀ ਬੇਨਤੀ ਕਰੂੰਗਾ ਹੱਥ ਜੋੜ ਕੇ ਕਿ ਦੇਖੋ, ਪੁਲਿਸ ਕਮਿਸ਼ਨਰ ਨੇ ਵੀ ਵਿਜ਼ਿਟ ਕਰਤਾ, ਸੀਐਮ ਸਾਹਿਬ ਨੇ ਵੀ ਇੰਸਟਰਕਸ਼ਨਾਂ ਦੇ ਦਿੱਤੀਆਂ ਕਿ ਬਿਲਕੁਲ ਕੋਈ ਢਿੱਲ ਨਹੀਂ ਦੇਖਣੀ ਚਾਹੀਦੀ ਇਸ ਕੇਸ ਵਿੱਚ, ਔਰ ਪੁਲਿਸ ਨੇ ਤੁਰੰਤ ਸੀਸੀਟੀਵੀ ਫੁਟੇਜ ਖੰਗਾਲ ਕੇ ਉਹਦੇ ਵਿੱਚੋਂ ਜਿਹੜੇ ਸ਼ੱਕੀ ਵਿਅਕਤੀ ਆ ਉਹਨਾਂ ਦਾ ਚਿੱਤਰ ਜਾਰੀ ਕਰ ਦਿੱਤਾ ਹੈ। ਮੈਂ ਤੁਹਾਨੂੰ ਆਸ਼ਵਾਸਨ ਦਿੰਦਾ ਭਗਵੰਤ ਸਿੰਘ ਮਾਨ ਵੱਲੋਂ ਕਿ ਅਗਲੇ 24 ਘੰਟਿਆਂ ਦੇ ਅੰਦਰ ਅੰਦਰ ਇਸ ਕੇਸ ਵਿੱਚ ਨਿਰਣਾਇਕ ਕਾਰਵਾਈ ਹੋ ਜਾਵੇਗੀ। ਕਿਰਪਾ ਕਰਕੇ ਜਿਹੜਾ ਬਿਰਤਾਂਤ ਸਿਰਜਣ ਦਾ ਇੱਕ ਸਿਲਸਿਲਾ ਚੱਲ ਪੈਂਦਾ ਹੈ ਕਿ ਲਾਅ ਐਂਡ ਆਰਡਰ ਦੇ ਪੰਜਾਬ ਨੂੰ ਦੋਸ਼ੀ ਬਣਾਇਆ ਜਾਂਦਾ ਹੈ, ਆਮ ਆਦਮੀ ਦੀ ਸਰਕਾਰ ਨੂੰ ਦੋਸ਼ੀ ਬਣਾਇਆ ਜਾਂਦਾ ਹੈ, ਇਹ ਮੈਂ ਬੇਨਤੀ ਕਰੂੰਗਾ ਕਿ ਆਪਣਾ ਨੂੰ ਪੁਰਾਣੀਆਂ ਸਰਕਾਰਾਂ ਦਾ ਵੀ ਪਤਾ ਹੈ, ਚਾਹੇ ਕਾਂਗਰਸ ਹੋਵੇ ਜਾਂ ਅਕਾਲੀ ਦਲ ਭਾਜਪਾ ਦੀ ਸਰਕਾਰ ਹੋਵੇ, ਉਹਨਾਂ ਦਾ ਕਿਸ ਤਰ੍ਹਾਂ ਦਾ ਰਿਕਾਰਡ ਸੀ। ਔਰ ਮੈਂ ਇਹ ਵੀ ਕਹਿ ਸਕਦਾ ਜ਼ਿੰਮੇਵਾਰੀ ਨਾਲ ਕਿ ਚਾਹੇ ਬਿਹਾਰ ਹੋਵੇ ਚਾਹੇ ਹਰਿਆਣਾ ਹੋਵੇ, ਅਤੇ ਸਾਨੂੰ ਭਾਜਪਾ ਦੀ ਰੂਲਡ ਸਟੇਟਸ ਦਾ ਲਾਅ ਐਂਡ ਆਰਡਰ ਭਲੀ ਭਾਂਤੀ ਪਤਾ ਹੈ। ਲੇਕਿਨ ਮੈਂ ਫਿਰ ਵੀ ਕੰਪੇਅਰ ਨਹੀਂ ਕਰਦਾ, ਮੈਂ ਇਹ ਕਹੂੰਗਾ ਕਿ ਬੜੀ ਜਿਹੜੀ ਇਹ ਘਟਨਾ ਹੈ ਫਿਕਰਮੰਦੀ ਵਾਲੀ ਹੈਗੀ ਹੈ, ਇਹਦੇ 'ਤੇ ਪੁਰਜ਼ੋਰ ਐਕਸ਼ਨ ਹੋਊਗਾ, ਕੋਈ ਪੁਸ਼ਤ ਬਣਾਈ ਨਹੀਂ ਹੋਊਗੀ, ਕੋਈ ਕਿਸੇ ਨੂੰ ਬਚਾਉਣ ਦੀ ਕੋਈ ਕਵਾਇਤ ਨਹੀਂ ਹੋਊਗੀ। ਜਿਵੇਂ ਪਿਛਲੀਆਂ ਸਰਕਾਰਾਂ ਵਿੱਚ ਹੁੰਦਾ ਸੀ, ਗੁਨਾਹਗਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਸੀ, ਅਸੀਂ ਤਾਂ ਚੁਰਾਹੇ 'ਤੇ ਖੜ ਕੇ ਐਕਸ਼ਨ ਲਵਾਂਗੇ ਔਰ ਨਿਰਣਾਇਕ ਐਕਸ਼ਨ ਲਵਾਂਗੇ। ਬਬੀ ਜੀ, ਨਾਲ ਵਿਰੋਧੀਆਂ ਦੇ ਵੱਖ ਵੱਖ ਰਿਐਕਸ਼ਨ ਜਿਹੜੇ ਸਾਹਮਣੇ ਆ ਰਹੇ ਨੇ, ਸਿੱਧੇ ਤੌਰ 'ਤੇ ਕਾਨੂੰਨ ਵਿਵਸਥਾ ਨੂੰ ਲੈ ਕੇ ਇਸ ਪੂਰੀ ਵਾਰਦਾਤ ਨੂੰ ਆਧਾਰ ਬਣਾਉਂਦੇ ਹੋਏ ਕਾਨੂੰਨ ਵਿਵਸਥਾ ਦੇ ਮੁੱਦੇ 'ਤੇ ਸਰਕਾਰ ਨੂੰ ਘੇਰਿਆ ਜਾ ਰਿਹਾ, ਸਿੱਧੇ ਤੌਰ 'ਤੇ ਸਵਾਲ ਖੜੇ ਕੀਤੇ ਜਾ ਰਹੇ ਨੇ। ਦੇਖੋ, ਸਰਕਾਰ ਨਾ ਤਾਂ ਇਹਨਾਂ ਤੋਂ ਭ੍ਰਿਸ਼ਟਾਚਾਰ ਦੇ ਉਹਦੇ 'ਚ ਘਿਰਦੀ ਹੈ, ਨਾ ਸਰਕਾਰ ਹੋਰ ਕਿਸੇ ਮੁੱਦੇ 'ਤੇ ਇਹ ਸਿਆਸਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਸਿਆਸੀ ਤੌਰ 'ਤੇ ਇਹ ਚਾਹੁੰਦੇ ਹੈ ਕਿ ਸਰਕਾਰ ਨੂੰ ਕਿਸੇ ਨਾ ਕਿਸੇ ਤਰ੍ਹਾਂ ਨਾਲ ਕੋਸਿਆ ਜਾਵੇ। ਮੈਂ ਇਹ ਕਹਿੰਦਾ ਕਿ ਇਹਦਾ ਹਵਾਲਾ ਭਾਜਪਾ ਕੇਂਦਰ ਦੀ ਸਰਕਾਰ ਦੇਣ ਲੱਗ ਪੈਂਦੀ ਹੈ, ਤੁਸੀਂ ਪੰਜਾਬ ਦਾ ਨੁਕਸਾਨ ਤਾਂ ਨਾ ਕਰੋ, ਘੱਟੋ ਘੱਟ ਤੁਸੀਂ ਜੋ ਮਰਜ਼ੀ ਸਾਡੀਆਂ ਗਲਤੀਆਂ ਜਾਂ ਸਾਡੀ ਕੋਈ ਢਿੱਲ ਹੈ, ਬਿਲਕੁਲ ਮੋਸਟ ਵੈਲਕਮ, ਤੁਸੀਂ ਸਾਡੀਆਂ ਗਲਤੀਆਂ ਨੂੰ ਉਜਾਗਰ ਕਰੋ, ਸਾਡੇ 'ਚ ਜਿੱਥੇ ਕਮੀ ਆ ਉਹ ਕਰੋ, ਲੇਕਿਨ ਕਿਰਪਾ ਕਰਕੇ ਭਾਜਪਾ ਦੀ ਕੇਂਦਰ ਸਰਕਾਰ ਦੇ ਹੱਥ ਠੋਕੇ ਬਣ ਕੇ ਬਿਨਾਂ ਵਜ੍ਹਾ ਪੰਜਾਬ ਦੇ ਲਾਅ ਐਂਡ ਆਰਡਰ ਨੂੰ ਨਾ ਕੁੱਸੋ। ਬਿਲਕੁਲ ਫਿਕਰਮੰਦੀ ਵਾਲਾ ਕੇਸ ਹੈ, ਬਿਲਕੁਲ ਤੁਹਾਡੀ ਗੱਲ ਠੀਕ ਹੈ, ਲੇਕਿਨ ਇਹ ਵੀ ਪਤਾ ਲੱਗਿਆ ਕਿ ਉਹਨਾਂ ਦੀ ਕੋਈ ਪਹਿਲੀ ਜਿਹੜੀ ਮੈਰਿਜ ਹੈ ਉਹਦਾ ਕੋਈ, ਉਹਨਾਂ ਦੀ ਵਾਈਫ ਦੀ ਡੈਥ ਹੋਈ ਵੀ ਹੈ ਔਰ ਉਹਨਾਂ ਦਾ ਉਹ ਸੁਸਾਈਡ ਕਰ ਗਏ ਸੀ, ਔਰ ਉਹਦਾ ਉਸ ਕਰਕੇ ਉਹਨਾਂ ਨੂੰ ਕਿਤੇ ਨਾ ਕਿਤੇ ਉਹਨਾਂ ਦੀ ਰਿਸ਼ਤੇਦਾਰੀ ਵਿੱਚ ਜਿਹੜੀ ਕੁੜੱਤਨ ਪੈਦਾ ਹੋਈ ਸੀ ਉਹਨਾਂ ਦਾ ਹੱਥ ਹੋ ਸਕਦਾ ਹੈ। ਸੋ ਜੋ ਵੀ ਪਰਿਵਾਰ ਨੇ ਦੱਸਿਆ ਜਲਦੀ ਐਕਸ਼ਨ ਹੋਊਗਾ। ਬਿਲਕੁਲ ਬੱਬੀ ਜੀ, ਹਾਲਾਂਕਿ ਪੋਲੀਟਿਕਸ ਕੋਈ ਜਦੋਂ ਵੀ ਕੋਈ ਇਹੋ ਜਿਹੀ ਵਾਰਦਾਤ ਹੁੰਦੀ ਹੈ ਤਾਂ ਪੋਲੀਟਿਕਸ ਵੀ ਹੁੰਦੀ ਹੈ, ਪਰ ਜੇ ਉਸਨੂੰ ਬਿਲਕੁਲ ਪਾਸੇ ਵੀ ਰੱਖ ਦਈਏ ਜਿੰਨੀ ਵੀ ਸਿਆਸਤ ਹੋ ਰਹੀ ਹੈ, ਪਰ ਜੋ ਤਸਵੀਰਾਂ ਆਪਣੇ ਆਪ ਦੇ ਵਿੱਚ ਬਿਆਨ ਕਰ ਰਹੀਆਂ ਨੇ, ਕਿਉਂਕਿ ਜਦੋਂ ਕੋਈ ਵੀ ਘਰ ਦੇ ਵਿੱਚ ਬੈਠਿਆ ਮਾਂ ਬਾਪ ਬੱਚੇ ਅਜਿਹੀਆਂ ਤਸਵੀਰਾਂ ਵੇਖਦੇ ਤਾਂ ਜ਼ਰੂਰ ਇੱਕ ਤਰ੍ਹਾਂ ਦਾ ਖੌਫ ਪੈਦਾ ਹੁੰਦਾ ਹੈ, ਪਰ ਅਜਿਹਾ ਨਾ ਹੋਵੇ, ਅਜਿਹੀਆਂ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਨਾ ਹੋਣ। ਹਾਲਾਂਕਿ ਜ਼ਰੂਰ ਪੁਲਿਸ ਦੇ ਵੱਲੋਂ ਸਰਕਾਰਾਂ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾਂਦੀ ਹੈ, ਪਰ ਇਸ ਵਾਰਦਾਤ ਨੂੰ ਲੈ ਕੇ ਹੁਣ ਹਰ ਕੋਈ ਵੱਡਾ ਸਵਾਲ ਇਹ ਕਰ ਰਿਹਾ, ਪਰਿਵਾਰ ਵੀ ਸਵਾਲ ਕਰ ਰਿਹਾ ਅਤੇ ਹਰ ਕੋਈ ਪੰਜਾਬੀ ਵੀ ਇਹ ਸਵਾਲ ਕਰ ਰਿਹਾ ਕਿ ਆਖਿਰਕਾਰ ਮੁਲਜ਼ਮ ਕਦੋਂ ਪੁਲਿਸ ਦੀ ਗ੍ਰਿਫਤ ਵਿੱਚ ਆਉਣਗੇ। ਦੇਖੋ, ਮੈਂ ਸਮਝਦਾ ਸਭ ਤੋਂ ਅਫਸੋਸਜਨਕ ਜਿਹੜੀ ਗੱਲ ਹੋਈ ਹੈ ਉਹ ਹੈ ਕਿ ਜਿਹੜੇ ਛੋਟੇ ਬੱਚੇ ਘਰ ਦੇ ਵਿੱਚ ਸੀ ਔਰ ਉਹ ਬੱਚਿਆਂ ਦੇ ਦੇਖੋ ਮਾਨਸਿਕ ਤੌਰ 'ਤੇ ਉਹਨਾਂ 'ਤੇ ਬੜੀ ਦੇਰ ਤੱਕ ਅਸਰ ਰਹਿ ਜਾਂਦਾ ਹੈ। ਲੇਕਿਨ ਮੈਂ ਫਿਰ ਇਹੀ ਗੱਲ ਕਹਿੰਦਾ ਕਿ ਅਸੀਂ ਕਿਸੇ ਨੂੰ ਬਖਸ਼ਣਾ ਨਹੀਂ, ਜੇ ਇਹ ਤਸਵੀਰਾਂ ਖੌਫ ਪੈਦਾ ਕਰਦੀਆਂ ਤਾਂ ਜਿਹੜੀ ਕਾਰਵਾਈ ਅਸੀਂ ਕਰਾਂਗੇ ਉਹ ਇਦੋਂ ਵੀ ਵੱਧ ਖੌਫ ਪੈਦਾ ਕਰੂਗੀ। ਕੋਈ ਬੰਦਾ ਪੰਜਾਬ ਦੇ ਲਾਅ ਐਂਡ ਆਰਡਰ ਨਾਲ
ਖਿਲਵਾੜ ਨਹੀਂ ਕਰ ਸਕਦਾ, ਕੋਈ ਬੰਦੇ ਨੂੰ ਇਜਾਜ਼ਤ ਨਹੀਂ ਦੇਵਾਂਗੇ ਕਿ ਪੰਜਾਬ ਦੇ ਅੰਦਰ ਗੁੰਡਾਗਰਦੀ ਜਾਂ ਇਸ ਤਰ੍ਹਾਂ ਦੀ ਹਿੰਸਕ ਕਾਰਵਾਈ ਦੀ ਕੋਸ਼ਿਸ਼ ਕਰੇ, ਮਿਸਾਲੀ ਸਜ਼ਾ ਦੇਵਾਂਗੇ। ਠੀਕ ਹੈ ਬੱਬੀ, ਤੁਹਾਡਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਵਾਸਤੇ। ਬੱਬੀ ਬਾਦਲ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਮਿਸਾਲੀ ਸਜ਼ਾ ਦਿੱਤੀ ਜਾਵੇਗੀ, ਜਲਦ ਤੋਂ ਜਲਦ ਦੋ ਬਦਮਾਸ਼ ਮੁਲਜ਼ਮ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ, ਕਿਸੇ ਦੀ ਕੋਈ ਪੁਸ਼ਤ ਪਨਾਈ ਨਹੀਂ ਹੋਵੇਗੀ, ਮੁਲਜ਼ਮਾਂ ਨੂੰ ਕੋਈ ਵੀ ਬਚਾਉਣ ਦੀ ਕੋਸ਼ਿਸ਼ ਨਹੀਂ ਹੋਵੇਗੀ। ਅਤੇ ਜ਼ਰੂਰ ਉਹਨਾਂ ਦੇ ਵੱਲੋਂ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਕਿ ਪਰਿਵਾਰ ਨੂੰ ਜਲਦ ਤੋਂ ਜਲਦ ਇਨਸਾਫ ਦਿੱਤਾ ਜਾਵੇਗਾ। ਹਾਲਾਂਕਿ 8 ਘੰਟੇ ਇਸ ਪੂਰੀ ਵਾਰਦਾਤ ਨੂੰ ਬੀਤ ਚੁੱਕੇ ਨੇ, ਅਜੇ ਤੱਕ ਪੁਲਿਸ ਦੇ ਹੱਥ ਖਾਲੀ ਨੇ, ਮੁਲਜ਼ਮਾਂ ਦੀ ਗ੍ਰਿਫਤਾਰੀ ਨਹੀਂ ਹੋ ਸਕੀ, ਪਰ ਆਮ ਆਦਮੀ ਪਾਰਟੀ ਨੂੰ ਜ਼ਰੂਰ ਇਸ ਗੱਲ ਦਾ ਭਰੋਸਾ ਦਿੱਤਾ ਗਿਆ ਕਿ ਜਲਦ ਤੋਂ ਜਲਦ ਇਹਨਾਂ ਬਦਮਾਸ਼ਾਂ ਨੂੰ, ਇਹਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। इस न्यूज हेडलाइंस के प्रायोजक एरोट्रो होम्स नियर मोहाली एयरपोर्ट, कॉल 9207492074। इस न्यूज हेडलाइंस के प्रायोजक Aerotro Homes near Mohali Airport, call 9207492074।